ਉਸਤੇ ਪਹਿਲੇ ਪਾਪ ਤੋਂ ਦੇਖੋਗੇ ਪਹਿਲਾ ਪਾਪ ਪਹਿਲੀ ਆਇਤ ਤੋਂ ਮੈਂ ਪੜ੍ਹਾਂਗਾ ਕਿ ਪਰਮੇਸ਼ਰ ਨੇ ਪੁਰਾਣਿਆਂ ਸਮਿਆਂ ਦੇ ਵਿੱਚ ਸਾਡੇ ਪੁਰਖਿਆਂ ਦੇ ਨਾਲ ਕਈ ਵਾਰ ਕਈ ਵੱਖ-ਵੱਖ ਟੰਗਾਂ ਦੇ ਨਾਲ ਬੋਲਿਆ ਸੀ ਪਰ ਇਹਨਾਂ ਅੰਤਮ ਦਿਨਾਂ ਵਿੱਚ ਉਹ ਸਾਡੇ ਨਾਲ ਆਪਣੇ ਪੁੱਤਰ ਦੇ ਰਾਹੀਂ ਬੋਲਿਆ ਜਿਸ ਨੂੰ ਉਸਨੇ ਸਾਰੇ ਸੰਸਾਰ ਦਾ ਉੱਤਰਾਧਿਕਾਰੀ ਠਹਿਰਾਇਆ ਹੈ ਜਿਸ ਦੀ ਮਹਿਮਾ ਦੇ ਦੁਆਰਾ ਉਸਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਵੀ ਕੀਤੀ ਸੀ ਉਹ ਪਰਮੇਸ਼ਰ ਦੀ ਮਹਿਮਾ ਅਤੇ ਤੇਜ ਦੇ ਉਸ ਦੇ ਪਰਮ ਤਤ ਦਾ ਪ੍ਰਗਟਾਵਾ ਹੈ ਉਹ ਹੀ ਆਪਣੇ ਸ਼ਕਤੀਸ਼ਾਲੀ ਸ਼ਬਦਾਂ ਦੁਆਰਾ ਸਾਰੀ ਸ੍ਰਿਸ਼ਟੀ ਨੂੰ ਸੰਭਾਲਦਾ ਹੈ ਉਸਨੇ ਜਦੋਂ ਮਨੁੱਖੀ ਪਾਪਾਂ ਦੀ ਮੁਕਤੀ ਦਾ ਕੰਮ ਖਤਮ ਕਰ ਲਿਆ ਤਾਂ ਫਿਰ ਉਹ ਪਰਮ ਪ੍ਰਦਾਨ ਦੇ ਸੱਜੇ ਹੱਥ ਜਾ ਬੈਠਾ ਪਿਛਲੇ ਪੰਜਾਂ ਹਫ਼ਤਿਆਂ ਤੋਂ ਮੈਂ ਕੋਸ਼ਿਸ਼ ਕਰ ਰਿਹਾ ਕਿ ਇਹ ਤਿੰਨ ਆਇਤਾਂ ਤੁਹਾਡੇ ਤੱਕ ਖੋਲ ਕੇ ਪਹੁੰਚਾ ਦਿੱਤੀਆਂ ਜਾਣ ਇਹ ਤਿੰਨ ਆਇਤਾਂ ਨੂੰ ਖੋਲਣ ਦੇ ਲਈ ਮੈਨੂੰ ਪੰਜ ਹਫ਼ਤੇ ਲੱਗੇ ਔਰ ਮੇਰਾ ਖਿਆਲ ਹੈ ਕਿ ਹਾਲੇ ਤਾਈਂ ਵੀ ਮੈਂ ਇਸ ਨੂੰ ਪੂਰੇ ਸਪਸ਼ਟ ਤੌਰ ਤੇ ਖੋਲ ਨਹੀਂ ਸਕਿਆ ਕਿਉਂਕਿ ਇਨਸਾਨ ਦੀ ਬੁੱਧ ਬੜੀ ਬੜੀ ਛੋਟੀ ਆ ਲੇਕਿਨ ਇੱਕ ਤਿੰਨਾ ਆਇਤਾਂ ਦੇ ਬਲ ਅਗਰ ਤੁਸੀਂ ਧਿਆਨ ਦੇ ਦਿਓ ਤਾਂ ਪੁਰਾਣੇ ਸਮਿਆਂ ਦੇ ਵਿੱਚ ਪ੍ਰਭੂ ਸਾਡੇ ਨਾਲ ਬੋਲਿਆ ਸਾਰੇ ਗ੍ਰੰਥ ਜਿੰਨੇ ਵੀ ਇਸ ਧਰਤੀ ਤੇ ਲਿਖੇ ਗਏ ਉਹ ਸਾਰੇ ਉਸ ਅੱਧੀ ਆਇਤ ਦੇ ਵਿੱਚ ਆ ਗਏ ਜਿੰਨੀਆਂ ਵੀ ਲਿਖਤਾਂ ਸਾਡੇ ਕੋਲ ਪਈਆਂ ਉਹ ਇੱਕ ਅੱਧਿਆਇਤ ਦੇ ਵਿੱਚ ਆ ਗਏ ਕਿ ਪ੍ਰਭੂ ਬੋਲਿਆ ਔਰ ਉਹਨਾਂ ਨੇ ਲਿਖਿਆ ਦੈਟਸ ਇਟ ਪਰ ਅੰਤ ਦੇ ਦਿਨਾਂ ਦੇ ਵਿੱਚ ਉਹ ਆਪਣੇ ਬੇਟੇ ਦੇ ਰਾਹੀਂ ਸਾਡੇ ਨਾਲ ਉਸਨੇ ਗੱਲ ਕੀਤੀ ਔਰ ਉਹ ਬੇਟਾ ਕੌਣ ਜੋ ਸਾਰੇ ਸੰਸਾਰ ਦਾ ਉੱਤਰਾਧିକਾਰੀ ਆ ਜਿਸਦੇ ਕੋਲ ਸਾਰੇ ਸੰਸਾਰ ਦੀ ਚਾਬੀ ਹੈ ਔਰ ਜੋ ਜਿਸ ਦੇ ਨਾਲ ਉਸਨੇ ਸਾਰੇ ਸੰਸਾਰ ਦੀ ਰਚਨਾ ਕੀਤੀ ਹੈ ਦੇਖੀਆਂ ਔਰ ਅਣ ਦੇਖੀਆਂ ਚੀਜ਼ਾਂ ਜੋ ਉਸਨੇ ਬਣਾਈਆਂ ਸਾਡੇ ਲਈ ਇਹ ਹਵਾ ਆ ਪਰ ਸਾਡੀ ਨੰਗੀ ਅੱਖ ਇਹ ਨਹੀਂ ਦੇਖ ਸਕਦੀ ਲੇਕਿਨ ਜਿਹੜੇ ਮਸ਼ੀਨਾਂ ਦੇ ਨਾਲ ਦੇਖਦੇ ਉਹ ਕਹਿਣਗੇ ਕਿ ਇਹ ਹਵਾ ਵੀ ਜ਼ਿੰਦਗੀ ਦੇ ਨਾਲ ਭਰੀ ਪਈ ਆ ਇੱਥੇ ਐਦਾਂ ਦੇ ਜਾਨਵਰ ਉੜਦੇ ਪਏ ਆ ਜਿਨ੍ਹਾਂ ਨੂੰ ਤੁਹਾਡੀਆਂ ਅੱਖਾਂ ਨਹੀਂ ਦੇਖ ਸਕਦੀਆਂ ਐਨੇ ਛੋਟੇ ਐਨੇ ਛੋਟੇ ਉਹ ਸਾਰੀਆਂ ਚੀਜ਼ਾਂ ਦੀਆਂ ਰਚਨਾ ਕਰਨ ਵਾਲਾ ਉਹ ਆਪ ਸੀ ਔਰ ਜਿਹੜਾ ਤੇਜ ਆ ਪ੍ਰਭੂ ਦੀ ਜਿਹੜੀ ਮਹਿਮਾ ਆ ਜਿਹੜੀ ਪ੍ਰਭੂ ਦੀ ਮਹਿਮਾ ਆ ਜਿਹੜੀ ਇਨਸਾਨ ਦੀ ਸਮਝ ਤੋਂ ਬਾਹਰ ਆ ਉਸ ਦਾ ਪਰਮ ਤਤ ਉਹ ਆਪਾ ਲੇਕਿਨ ਇਹ ਹੁੰਦਿਆ ਹੋਇਆ ਉਸ ਨੇ ਆਪਣੇ ਆਪ ਨੂੰ ਇੰਨਾ ਨਿਮਾ ਕੀਤਾ ਕਿ ਉਹ ਸਾਡੀ ਮੁਕਤੀ ਦੇ ਲਈ ਪਾਪਾਂ ਤੋਂ ਸਾਨੂੰ ਛੁਟਕਾਰਾ ਦੇਣ ਦੇ ਲਈ ਇਸ ਧਰਤੀ ਦੇ ਉੱਤੇ ਰੁਸ ਨੇ ਉਸ ਕੰਮ ਨੂੰ ਖਤਮ ਕੀਤਾ। ਔਰ ਉਹ ਬਾਪ ਦੇ ਸਜੇ ਹੱਥ ਜਾ ਬੈਠਾ। ਹੁਣ ਜਿਨ੍ਹਾਂ ਦਾ ਧਿਆਨ ਫਰਿਸ਼ਤਿਆਂ ਤੇ ਲੱਗਾ ਆ। ਜਿਨ੍ਹਾਂ ਦਾ ਧਿਆਨ ਸਿਰਫ ਇਸ ਜੀ ਦੇ ਉੱਤੇ ਲੱਗਾ ਹੈ ਕਿ ਸਾਡੇ ਨਬੀਆਂ ਨੇ ਪ੍ਰਭੂ ਦੇ ਫਰਿਸ਼ਤੇ ਦੇਖੇ। ਉਹਨਾਂ ਦੇ ਲਈ ਪ੍ਰਭੂ ਦਾ ਬੰਦਾ ਇਹ ਲਿਖਦਾ ਪਿਆ ਕਿ ਇਸ ਤਰ੍ਹਾਂ ਪੁੱਤਰ ਸਵਰਗ ਦੂਤਾਂ ਤੋਂ ਵੀ ਉੱਚਾ ਠਹਿਰਿਆ ਇੱਥੋਂ ਤੱਕ ਕਿ ਉਹਨਾਂ ਨਾਲੋਂ ਵੀ ਕਿਤੇ ਅਧਿਕ ਉੱਚਾ ਨਾਮ ਪ੍ਰਾਪਤ ਕੀਤਾ ਕਿਉਂਕਿ ਪਰਮੇਸ਼ਰ ਨੇ ਕਦੀ ਵੀ ਕਿਸੇ ਸਵਰਗ ਦੂਤ ਨੂੰ ਇਸ ਤਰ੍ਹਾਂ ਨਹੀਂ ਕਿਹਾ ਤੂੰ ਮੇਰਾ ਪੁੱਤਰ ਹੈ ਅਤੇ ਅਤੇ ਉਹ ਮੇਰਾ ਪੁੱਤਰ ਹੋਵੇਗਾ ਫਿਰ ਪਰਮੇਸ਼ਰ ਨੇ ਆਪਣੇ ਜੇਠੇ ਪੁੱਤਰ ਨੂੰ ਸੰਸਾਰ ਦੇ ਵਿੱਚ ਘਲਦੇ ਸਮੇਂ ਕਿਹਾ ਪਰਮੇਸ਼ਰ ਦੇ ਸਾਰੇ ਸਵਰਗ ਦੂਤ ਉਸ ਦੀ ਉਪਾਸਨਾ ਕਰਨ ਅਤੇ ਸਵਰਗ ਦੂਤਾਂ ਦੇ ਬਾਰੇ ਉਸ ਨੇ ਕਿਹਾ ਉਹ ਜੋ ਆਪਣੇ ਸਵਰਗ ਦੂਤਾਂ ਨੂੰ ਹਵਾ ਬਣਾਉਂਦਾ ਹੈ ਅਤੇ ਆਪਣੇ ਸੇਵਾਦਾਰਾਂ ਨੂੰ ਅੱਗ ਦੀਆਂ ਲਾਟਾਂ ਪਰ ਪੁੱਤਰ ਦੇ ਬਾਰੇ ਉਹ ਕਹਿੰਦਾ ਹੈ हे ਪਰਮੇਸ਼ਰ ਤੇਰਾ সিংহাসਨ ਅਨੰਤ ਕਾਲ ਤੱਕ ਸਥਿਰ ਰਹੇਗਾ ਤੇਰਾ ਰਾਜ ਦੰਡ ਤੇਰੇ ਭਲੇ ਰਾਜ ਦੇ ਰਾਜ ਦੰਡ ਹੈ तू धर्म ਨਾਲ ਪਿਆਰ ਕੀਤਾ ਅਧਰਮ ਨਾਲ ਵੈਰ ਕੀਤਾ ਇਸੇ ਲਈ हे ਪਰਮੇਸ਼ਰ ਤੇਰੇ ਪਰਮੇਸ਼ਰ ਨੂੰ ਚੁਣਿਆ ਹੈ ਪਰ ਤੇਰੇ ਸਾਥੀਆਂ ਨੂੰ ਨਹੀਂ ਉਸ ਨੇ ਤੇਰਾ ਧਰਮ ਆਨੰਦ ਦੇ ਨਾਲ ਧਰਮ ਦੇ ਤੇਲ ਦੀ ਨਾਲ ਅਭਿਸ਼ੇਕ ਕੀਤਾ ਹੈ ਪ੍ਰਭੂ ਦੇ ਵਚਨ ਦੇ ਵਿੱਚ ਉਹ ਇਹ ਕਹਿ ਰਿਹਾ ਕਿ ਸਵਰਗ ਦੂਤ ਥਾਂ ਤੁਹਾਡਿਆਂ ਨਵੀਆਂ ਨੇ ਸਵਰਗ ਦੂਤ ਦੇਖੇ हां स्वर्ग दूतਾਂ ਨੇ वचन ਤੁਹਾਡੇ ਤਾਈਂ ਲੈ ਕੇ ਆਂਦਾ हां स्वर्ग दूतਾਂ ਨੇ ਤੁਹਾਨੂੰ ਇਹ ਸਭ ਕੁਝ ਦਿੱਤਾ ਪਰ ਜਿਸ ਦੀ ਮੈਂ ਗੱਲ ਕਰ ਰਿਹਾ हूं स्वर्ग दूतਾਂ ਤੋਂ ਵੀ ਉੱਚਾ ਆ ਕਿਉਂਕਿ स्वर्ग दूत ਤਾਂ ਉਸ ਦੇ ਸੇਵਾਦਾਰ ਆ ਉਸ ਨੇ ਕਿਸੇ ਵੀ स्वर्ग दूत ਨੂੰ ਆਪਣਾ ਪੁੱਤਰ ਨਹੀਂ ਕਿਹਾ ਉਸਨੇ ਕਿਸੇ ਸਵਰਗਦੂਤ ਨੂੰ ਇਹ ਨਹੀਂ ਕਿਹਾ ਕਿ ਤੂੰ ਮੇਰੇ ਸੱਜੇ ਹੱਥ ਬੈਠ। ਜਦ ਜਦ ਵੀ ਅਸੀਂ ਵਚਨ ਖੋਲਿਆ ਤਾਂ ਸਵਰਗਦੂਤ ਅਸੀਂ ਪ੍ਰਭੂ ਦੀ ਸੇਵਾ ਕਰਨ ਦੇ ਲਈ ਤਿਆਰ ਦੇਖੇ। ਜਾਂ ਪ੍ਰਭੂ ਦੀ ਸੇਵਾ ਕਰਨ ਦੇ ਲਈ ਇਸ ਧਰਤੀ ਤੇ ਆਏ। ਜਾਂ ਉਹ ਪ੍ਰਭੂ ਦੇ ਬਣਾਏ ਹੋਏ ਮਨੁੱਖ ਦੀ ਸੇਵਾ ਕਰ ਰਹੇ ਆ। ਉਹ ਸੇਵਾਦਾਰ ਆਤਮਾ ਪਰ ਉਹ ਪੁੱਤਰ ਨਹੀਂ ਉਹ ਪੁੱਤਰ ਨਹੀਂ ਇਸ ਕਰਕੇ ਉਹ ਕਹਿੰਦਾ ਕਹਿੰਦਾ ਜਦ ਜਦ ਕਿ ਤੂੰ ਮੇਰਾ ਪੁੱਤਰ ਹੈ ਕਿਸੇ ਸਵਰਗਦੂਤ ਨੂੰ ਉਸਨੇ ਨਹੀਂ ਕਿਹਾ ਕਿ ਤੂੰ ਮੇਰਾ ਪੁੱਤਰ ਹੈ ਅੱਜ ਮੈਂ ਤੈਨੂੰ ਉਤਪਨ ਕੀਤਾ ਹੈ ਜਾਂ ਫਿਰ ਮੈਂ ਉਸ ਦਾ ਪਿਤਾ ਹੋਵਾਂਗਾ ਤੇ ਉਹ 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 ਮੇਰਾ ਪੁੱਤਰ ਹੋਵੇਗਾ ਪਰ ਪਰਮੇਸ਼ਰ ਨੇ ਆਪਣੇ ਜੇਠੇ ਪੁੱਤਰ ਨੂੰ ਸੰਸਾਰ ਦੇ ਵਿੱਚ ਕੱਲ ਦੇ ਸਮੇਂ ਕਿਹਾ ਪਰਮੇਸ਼ਰ ਦੇ ਸਾਰੇ ਸਵਰਗਦੂਤ ਉਸ ਦੀ ਉਪਾਸਨਾ ਕਰਨ ਔਰ ਅਸੀਂ ਇਹ ਹੁੰਦਾ ਦੇਖਦੇ ਹਾਂ ਅਸੀਂ ਇਸ ਵੇਲੇ ਉਸ ਸੀਜ਼ਨ ਦੇ ਵਿੱਚੋਂ ਦੀ ਗੁਜ਼ਰਦੇ ਪਏ ਆ ਜਿਸ ਨੂੰ 크리스마ਸ ਦਾ ਸੀਜ਼ਨ ਕਿਹਾ ਜਾਂਦਾ ਔਰ ਅਸੀਂ ਇਹ ਬਹੁਤ ਵਾਰੀ ਇਹ ਕਹਾਣੀ ਸੁਣਦੇ ਹਾਂ ਕਿ ਕਿ ਚਰਵਾਹੇ ਆਪਣੇ ਇੱਜੜ ਦੇ ਨਾਲ ਉਹ ਉਹ ਆਪਣੀਆਂ ਭੇਡਾਂ ਦੀ ਰਾਖੀ ਕਰਦੇ ਸੀ ਕਿ ਅਚਾਨਕ ਸਵਰਗਦੂਤ ਉੱਥੇ ਪ੍ਰਗਟ ਹੋਇਆ ਔਰ ਉਸਨੇ ਕੀਆ ਕਿ ਅੱਜ ਤੁਹਾਡੇ ਲਈ ਬੈਤਲਹਾਮ ਸ਼ਹਿਰ ਦੇ ਵਿੱਚ ਮੁਕਤੀ ਦਾਤਾ ਉਤਪਨ ਹੋਇਆ। ਔਰ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਪੂਰਾ ਸਵਰਗ ਦੂਤਾਂ ਦਾ ਇੱਜੜ ਦਿਖਾਈ ਦਿੱਤਾ। ਸਾਰਾ ਸਾਰਾ ਅਸਮਾਨ ਸਵਰਗ ਦੂਤਾਂ ਦੇ ਨਾਲ ਭਰਿਆ ਪਿਆ ਸੀ ਜੋ ਕਹਿੰਦੇ ਸੀ ਪਰਮ ਧਾਮ ਦੇ ਵਿੱਚ ਪਰਮੇਸ਼ਰ ਦੀ ਵਡਿਆਈ ਹੋਵੇ। ਉਹ ਸਭ ਦੇ ਸਭ ਉਸ ਦਿਨ ਉਸ ਪੁੱਤਰ ਦੀ ਉਪਾਸਨਾ ਕਰਨ ਦੇ ਲਈ ਆਏ ਸੀ ਜੋ ਸਾਨੂੰ ਬਖਸ਼ਿਆ ਗਿਆ। ਸੋ ਉਹ ਕਹਿੰਦਾ ਕਿ ਸਵਰਗ ਦੂਤਾਂ ਦੇ ਨਾਲ ਪੁੱਤਰ ਨੂੰ ਨਾ ਰੜਾਓ ਜੋ ਸਾਨੂੰ ਇਸ ਦਿਨ ਬਖਸ਼ਿਆ ਗਿਆ। ਉਹ ਸਵਰਗ ਦੂਤਾਂ ਤੋਂ ਵੀ ਉੱਤੇ ਆ। ਜਿਸ ਵੇਲੇ ਅਸੀਂ ਦੂਸਰੇ ਚੈਪਟਰ ਦੇ ਵਿੱਚ ਜਾਂਦੇ ਆ ਤੇ ਉੱਥੇ ਸਾਡੀ ਉਸ ਮੁਕਤੀ ਦੇ ਬਾਰੇ ਦੱਸਿਆ ਜਾਂਦਾ ਜੋ ਅਸੀਂ ਪ੍ਰਾਪਤ ਕੀਤੀ ਹੈ। ਭਾਈ ਮਰੇ ਮੁਕਤੀ ਕਿਸਮਤ ਨਹੀਂ ਜਿਹੜਾ ਮੁਕਤੀ ਦਾ ਜੋ ਅਸੀਂ ਪ੍ਰਾਣੀਆਂ ਸਮਿਆਂ ਵਿੱਚੋਂ ਜਿੱਥੋਂ ਪ੍ਰਭੂ ਸਾਨੂੰ ਲੈ ਕੇ ਆਇਆ ਜੋ ਅਸੀਂ ਮੁਕਤੀ ਦੇ ਬਾਰੇ ਉੱਥੇ ਸੋਚਦੇ ਆ ਉਹ ਸਭ ਕਿਸਮਤ ਤੇ ਉੱਤੇ ਆ ਉਹ ਸਾਰੇ ਦਾ ਸਾਰਾ ਜਿਹੜਾ ਮਾਪ ਦਾੰਡਾ ਉਹ ਕਿਸਮਤ ਦੇ ਉੱਤੇ ਆ ਇਸ ਕਰਕੇ ਸਾਡਾ ਧਿਆਨ ਤੱਕੜੀ ਤੇ ਲੱਗਾ ਆ ਜਿਸ ਦੇ ਇੱਕ ਪਾਸੇ ਭਲੇ ਕੰਮ ਆ ਦੂਜੇ ਪਾਸੇ ਬੁਰੇ ਕੰਮ ਆ ਅਰ ਅੱਜ ਤੱਕ ਕੋਈ ਇਨਸਾਨ ਨਹੀਂ ਕਹਿ ਸਕਿਆ ਕਿ ਮੇਰੇ ਭਲੇ ਕੰਮ ਜਿਹੜੇ ਉਹ ਜ਼ਿਆਦੇ ਆ ਔਰ ਮੇਰੇ ਬੁਰੇ ਕੰਮ ਥੋੜੇ ਆ ਕੋਈ ਇਨਸਾਨ ਨਹੀਂ ਕਹਿ ਸਕਿਆ ਜਿੰਨੇ ਵੀ ਸਾਨੂੰ ਬਖਸ਼ੇ ਗਏ ਉਹਨਾਂ ਵਿੱਚੋਂ ਕੋਈ ਨਹੀਂ ਕਹਿ ਸਕਿਆ ਸਵਾਯ ਯਸੂਦੇ ਕੌਣ ਮੇਰੇ ਵਿੱਚ ਪਾਪ ਸਿੱਧ ਕਰਦਾ ਲੇਕਿਨ ਇਸ ਮੁਕਤੀ ਦੇ ਲਈ ਜਿਸ ਦਾ ਉਹ ਇੰਤਜ਼ਾਰ ਕਰਦੇ ਪਏ ਸੀ ਉਹਨਾਂ ਨੂੰ ਪ੍ਰਭੂ ਦਾ ਬੰਦਾ ਇਹ ਕਹਿ ਰਿਹਾ ਕਹਿੰਦਾ ਇਸ ਲਈ ਇਹ ਜ਼ਰੂਰੀ ਹੈ ਮੈਂ ਦੂਸਰੇ ਪਾਪ ਦੀ ਪਹਿਲੀ ਆਇਤ ਦੇ ਵਿੱਚ ਆ ਗਿਆ ਇਸ ਲਈ ਇਹ ਜ਼ਰੂਰੀ ਹੈ ਕਿ ਜੋ ਕੁਝ ਅਸੀਂ ਸੁਣਿਆ ਹੈ ਉਸ ਵੱਲ ਅਸੀਂ ਵੱਧ ਤੋਂ ਵੱਧ ਧਿਆਨ ਦਈਏ ਤਾਂ ਜੋ ਅਸੀਂ ਆਪਣੀ ਰਾਹ ਤੋਂ ਭਟਕ ਨਾ ਜਾਈਏ ਕਿਉਂਕਿ ਜੇਕਰ ਸਵਰਗਦੂਤਾਂ ਦੁਆਰਾ ਕਿਹਾ ਗਿਆ ਵਚਨ ਇਸ ਤਰ੍ਹਾਂ اٹਲ ਰਿਹਾ ਹੈ ਤਾਂ ਉਸ ਦੇ ਵਿਰੋਧ ਅਪਰਾਧ ਕਰਨ ਵਾਲੇ ਨੂੰ ਜਾਂ ਉਸ ਨੂੰ ਨਾਮ ਮੰਨਣ ਵਾਲੇ ਨੂੰ ਉਚਿਤ ਸਜ਼ਾ ਮਿਲੀ ਤਾਂ ਫਿਰ ਅਸੀਂ ਕਿਸ ਇਸ ਤੋਂ ਕਿਸ ਤਰ੍ਹਾਂ ਬਚ ਸਕਦੇ ਹਾਂ ਜੇਕਰ ਅਸੀਂ ਇਸ ਮਹਾਨ ਮੁਕਤੀ ਵੱਲ ਧਿਆਨ ਨਹੀਂ ਕਰਾਂਗੇ ਜਿਸ ਦਾ ਜਿਸ ਦਾ ਜਿਸ ਮੁਕਤੀ ਦਾ ਐਲਾਨ ਸਭ ਤੋਂ ਪਹਿਲਾਂ ਆਪ ਪ੍ਰਭੂ ਦੇ ਦੁਆਰਾ ਕੀਤਾ ਗਿਆ ਅਫਰ ਇਸੇ ਦੀ ਗਵਾਹੀ ਸਾਡੇ ਸਾਹਮਣੇ ਉਹਨਾਂ ਦੁਆਰਾ ਦਿੱਤੀ ਗਈ ਜਿਨ੍ਹਾਂ ਨੇ ਇਸ ਨੂੰ ਸੁਣਿਆ ਸੀ ਇਸ ਦੇ ਪਿੱਛੋਂ ਪਰਮੇਸ਼ਰ ਨੇ ਆਪ ਵੀ ਚਿੰਨਾਵਾਂ ਔਰ ਚਮਤਕਾਰਾਂ ਦੁਆਰਾ ਅਣਗਿਣਤ ਸ਼ਕਤੀਸ਼ਾਲੀ ਕੰਮ ਕਰਨ ਦੇ ਦੁਆਰਾ ਅਤੇ ਪਵਿੱਤਰ ਆਤਮਾ ਦੇ দানਾਂ ਨੂੰ ਆਪਣੀ ਮਰਜ਼ੀ ਅਨੁਸਾਰ ਵੰਡਣ ਦੁਆਰਾ ਇਸ ਦੀ ਗਵਾਹੀ ਦਿੱਤੀ ਹੈ ਅਸੀਂ ਕਿਸ ਤਰ੍ਹਾਂ ਇਸ ਮੁਕਤੀ ਨੂੰ ਬੇਧਿਆਨ ਕਰ ਸਕਦੇ ਹਾਂ ਮੁਕਤੀ ਦਾ ਮਤਲਬ ਹੈ छुटਕਾਰਾ ਕਿਸੇ ਚੀਜ਼ ਤੋਂ छुटਕਾਰਾ ਔਰ छुटकारे ਤੋਂ ਬਾਅਦ ਹਮੇਸ਼ਾ ਨਵਾਂਪਣ ਅਗਰ ਕੋਈ ਇਨਸਾਨ ਐਥੇ ਕੈਂਸਰ ਦੇ ਨਾਲ ਪੀੜਤ ਬੈਠਾ ਔਰ ਉਹ ਕਹੇ ਕਿ ਮੈਨੂੰ ਕੈਂਸਰ ਤੋਂ छुटਕਾਰਾ ਮਿਲ ਗਿਆ ਮੈਂ ਠੀਕ ਹੋ ਗਿਆ ਲੇਕਿਨ ਤੂੰ ਸੀ ਉਹਦੇ ਵੱਲ ਦੇਖ ਕੇ ਕਹਾਂਗਾ ਠੀਕ ਤਾਂ ਤੂੰ ਲੱਗਦਾ ਤਾਂ ਹੈ ਨਹੀਂ ਤੇਰਾ ਰੰਗ ਵੀ ਪੀਲਾ ਤੇਰੀਆਂ ਅੱਖਾਂ ਵੀ ਪੀਲੀਆਂ ਤੇਰੇ ਬੋਲ 'ਚ ਕੋਈ ਤਾਕਤ ਨਹੀਂ ਉੱਠ ਕੇ ਤੁਰ ਤੂੰ ਨਹੀਂ ਸਕਦਾ ਛੁਟਕਾਰਾ ਤੈਨੂੰ ਕਿੱਥੋਂ ਹੋ ਗਿਆ ਲੇਕਿਨ ਅਗਰ ਉਸ ਸੇ ਹੀ ਬੰਦੇ ਦਿਆਂ ਦੀਆਂ ਗੱਲਾਂ ਗਲਾਬੀ ਆ ਔਰ ਉਹ ਹੀ ਇੱਥੇ ਉੱਡਦਾ ਫਿਰਦਾ ਪਿਆ ਔਰ ਉਸ ਦੇ ਬੋਲ ਦੇ ਵਿੱਚ ਉਹ ਚਹਿਕ ਆ ਜੋ ਹੋਣੀ ਚਾਹੀਦੀ ਜੋ ਇੱਕ ਤੰਦਰੁਸਤ ਸੰਸਾਨ ਦੇ ਅੰਦਰ ਹੁੰਦੀ ਹੈ ਤੇ ਤੁਸੀਂ ਕਹੋਗੇ ਯਾਰ ਸੱਚਮੁੱਚ ਤੇਰੇ ਅੰਦਰ ਇੱਕ ਨਵੀਂ ਜ਼ਿੰਦਗੀ ਆ ਉਹ ਘਰ ਲੰਮਾ ਪੈਣ ਦੀ ਬਜਾਏ ਬਾਹਰ ਜਾ ਕੇ ਕੰਮ ਕਰਦਾ ਪਿਆ ਤੁਸੀਂ ਕਹੋਗੇ ਕਿ ਵਾਹ ਵਾਕਈ ਭਾਈ ਤੂੰ ਤੈਨੂੰ ਛੁਟਕਾਰਾ ਮਿਲ ਗਿਆ ਉਹ ਕਹਿੰਦਾ ਕਿ ਅਸੀਂ ਜੋ ਪਾਪ ਦੇ ਥੱਲੇ ਦੱਬੇ ਕੁੱਟੇ ਖੁੰਝੇ ਦੇ ਵਿੱਚ ਲੱਗੇ ਆਪਣੇ ਪਾਪ ਵੱਲ ਦੇਖਦੇ ਹੋਏ ਆਪਣੇ ਆਪ ਨੂੰ ਬੁਰਾ ਕਹਿੰਦੇ ਹੋਏ ਜੋ ਬੈਠਿਓ ਸੀ ਪ੍ਰਭੂ ਨੇ ਚਮਤਿਆਰਾਂ ਅਤੇ ਚਮਤਕਾਰਾਂ ਦੇ ਦੁਆਰਾ ਉਸ ਨੂੰ ਇਸ ਤਰ੍ਹਾਂ ਉਤੇਜਿਤ ਕੀਤਾ ਉਸ ਨੂੰ ਇਸ ਤਰ੍ਹਾਂ ਨਵਾਂ ਬਣਾਇਆ ਕਿ ਜਦ ਉਹ ਆਇਆ ਤੇ ਉਸਨੇ ਆਪਣੇ ਸ਼ਬਦ ਦੇ ਨਾਲ ਸਾਨੂੰ ਮੁਕਤ ਕੀਤਾ ਔਰ ਜਦੋਂ ਮੁਕਤੀ ਆਈ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਪੰਨ ਆਇਆ ਕਿਹੜਾ ਨਵਾਂ ਪੰਨ ਪ੍ਰਭੂ ਦੇ ਗਿਫਟ ਜੋ ਉਸਨੇ ਦਿੱਤੇ ਉਹ ਲੋਕਾਂ ਦੇ ਉੱਤੇ ਉਤਰੇ ਇੱਕ ਇਨਸਾਨ ਜਿਹੜਾ ਦੋ ਅੱਖਰ ਨਹੀਂ ਸੀ ਬੋਲ ਸਕਦਾ ਉਹ ਅੱਜ ਪ੍ਰਚਾਰ ਕਰਦਾ ਪਿਆ ਬਿਮਾਰ ਜਿਹੜਾ ਜਿਸ ਜੋ ਇੱਕ ਸਮੇਂ ਆਪ ਬਿਮਾਰ ਸੀ ਉਹ ਜਿੱਦ ਤੇ ਹੱਥ ਰੱਖ ਕੇ ਦੁਆ ਕਰਦਾ ਉਹ ਇਨਸਾਨ ਠੀਕ ਹੋ ਰਿਹਾ ਪ੍ਰਭੂ ਆਪਣਿਆ ਲੋਕਾਂ ਨੂੰ ਆਉਣ ਵਾਲੇ ਸਮੇਂ ਦਾ ਦਿਖਾ ਰਿਆ ਕਿ ਕੀ ਹੋਣ ਜਾ ਰਿਹਾ ਪ੍ਰਭੂ ਨੇ ਤਰ੍ਹਾਂ ਤਰ੍ਹਾਂ ਦੇ ਗਿਫਟਾਂ ਦੇ ਨਾਲ ਆਪਣੇ ਲੋਕਾਂ ਨੂੰ ਪਰਿਆ ਜੋ ਸਵਰਗੀ ਗਿਫਟ ਆ ਇਥੋਂ ਕਹਿੰਦਾ ਕਿ ਤੁਹਾਨੂੰ ਮੁਕਤੀ ਮਿਲ ਗਈ ਆ ਥੈਟਸ ਵਾਈ ਯੂ ਆ ਫਰੀ ਉਸਨੇ ਤਾਨੂੰ ਆਯਾਦ ਕਰ ਦਿੱਤਾ ਔਰ ਆਪਣੇ ਆਪ ਦੇ ਨਾਲ ਭਰ ਦਿੱਤਾ ਪਰਮੇਸ਼ਵਰ ਨੇ ਉਸ ਸੰਸਾਰ ਨੂੰ ਜੋ ਅੱਗੇ ਆਉਣ ਵਾਲਾ ਹੈ ਜਿਸਦੇ ਬਾਰੇ ਅਸੀਂ ਬੋਲ ਰਹੇ ਹਾਂ ਸਵਰਗ ਦੂਤਾਂ ਦੇ ਅਧਿਕਾਰ ਦੇ ਵਿੱਚ ਨਹੀਂ ਦਿੱਤਾ ਹੈ ਕਿਸੇ ਠੀਕ ਨੇ ਕਿਸੇ ਠੀਕ ਨੇ ਧਰਮ ਗ੍ਰੰਥ ਵਿੱਚ ਕੀ ਹੈ ਮਨੁੱਖ ਕੀ ਹੈ ਕਿ ਤੂੰ ਉਸ ਦੇ ਵੱਲ ਧਿਆਨ ਕਰੇ ਜਾਂ ਮਨੁੱਖ ਦੀ ਸੰਤਾਨ ਕੀ ਹੈ ਕਿ ਤੂੰ ਉਸ ਦੀ ਚਿੰਤਾ ਕਰੇ ਤੂੰ ਉਸ ਨੂੰ ਸਵਰਗ ਦੂਤਾਂ ਤੋਂ ਕੁਝ ਹੀ ਘੱਟ ਬਣਾਇਆ ਹੈ ਤੇ ਉਸ ਦੇ ਸਿਰ ਤੇ ਮਹਿਮਾ ਅਤੇ ਮਾਨ ਦਾ ਤਾਜ ਰੱਖਿਆ ਹੈ ਤੂੰ ਉਸ ਦੇ ਅਧਿਕਾਰ ਦੇ ਵਿੱਚ ਸਭ ਚੀਜ਼ਾਂ ਕਰ ਦਿੱਤੀਆਂ ਹਨ ਉਸ ਦੇ ਅਧਿਕਾਰ ਵਿੱਚ ਸਭ ਚੱਜੀ ਜਾਂ ਕਰ ਦਿੱਤੀਆਂ ਹਨ ਦਾ ਅਰਥ ਹੈ ਕਿ ਕੋਈ ਵੀ ਚੀਜ਼ ਉਸ ਦੇ ਅਧਿਕਾਰ ਤੋਂ ਬਾਹਰ ਨਹੀਂ ਹੈ ਪਰ ਹੁਣ ਪਰ ਹੁਣ ਹੀ ਹੁਣ ਹੀ ਹਾਲਤ ਅਨੁਸਾਰ ਸਾਨੂੰ ਸਭ ਚੀਜ਼ਾਂ ਉਸ ਦੇ ਅਧਿਕਾਰ ਦੇ ਵਿੱਚ ਨਹੀਂ ਦਿਖਾਈ ਦਿੰਦੀਆਂ ਹਨ ਜੋ ਕੁਝ ਅਸੀਂ ਦੇਖ ਰਹੇ ਹਾਂ ਉਹ ਕੇਵਲ ਯਸੂ ਹੈ ਜੋ ਸਵਰਗਦੂਤਾਂ ਤੋਂ ਕੁਝ ਘਟ ਬਣਾਇਆ ਗਿਆ ਪਰ ਹੁਣ ਉਸ ਦੇ ਸਿਰ ਤੇ ਮਹਿਮਾ ਅਤੇ ਮਾਣ ਦਾ ਤਾਜ ਰੱਖਿਆ ਗਿਆ ਹੈ ਕਿਉਂਕਿ ਉਸਨੇ ਮੌਤ ਸਹੀ ਅਤੇ ਪਰਮੇਸ਼ਰ ਨੇ ਆਪਣੀ ਕਿਰਪਾ ਦੇ ਨਾਲ ਇਹ ਸਭ ਕੀਤਾ ਕਿ ਯਸੂ ਸਭ ਦੀ ਖਾਤਰ ਮੌਤ ਦਾ ਸਵਾਦ ਚੱਕੇ ਅਸੀਂ ਕ੍ਰਿਸਮਸ ਕਿਉਂ ਮਨਾਉਂਦੇ ਹਾਂ ਸਾਨੂੰ ਉਹ ਦਿੱਤਾ ਗਿਆ ਜਿਸ ਦੇ ਦੁਆਰਾ ਇਹ ਸਭ ਧਰਤੀ ਰਚੀ ਗਈ ਸਾਨੂੰ ਉਹ ਦਿੱਤਾ ਗਿਆ ਜਿਸ ਦੇ ਵਿੱਚ ਇਹ ਸਾਰੀ ਮਹਿਮਾ ਆ ਸਾਨੂੰ ਉਹ ਦਿੱਤਾ ਗਿਆ ਜੋ ਸਾਡੇ ਲਈ ਮੁਕਤੀ ਲੈ ਕੇ ਆਇਆ ਸਾਨੂੰ ਉਹ ਯਸੂ ਦਿੱਤਾ ਗਿਆ ਜਿਸ ਦੇ ਨਾਲ ਜਿਸ ਦੇ ਨਾਲ ਸਾਡਾ ਸਾਡੇ ਪਾਪ ਦੀ ਕੀਮਤ ਦਿੱਤੀ ਗਈ ਉਸਨੇ ਆਪਣੇ ਆਪ ਨੂੰ ਘਟਾਇਆ ਇਨਸਾਨ ਦੇ ਬਰਾਬਰ ਬਣਿਆ 인ਸਾਨ ਬਣ ਕੇ ਭਗਵਾਨ ਦੇ ਬਰਾਬਰ ਨਹੀਂ ਹੋਇਆ ਅਸੀਂ ਸੰਤਾਂ ਨੂੰ ਮਹਾਤਮਾ ਨੂੰ ਗੁਰੂਆਂ ਨੂੰ ਇਸ ਕਰਕੇ ਕਹਿੰਦੇ ਕਿ ਇਨਸਾਨ ਦੀ ਜੂਨ ਦੇ ਵਿੱਚ ਪੈ ਕੇ ਉਹਨਾਂ ਨੇ ਆਪਣੇ ਕੰਮਾਂ ਦੇ ਦੁਆਰਾ ਪ੍ਰਮਾਤਮਾ ਦੀ ਨਜ਼ਦੀਕੀ ਪ੍ਰਾਪਤ ਕੀਤੀ ertid ਤੋਂ ਥੱਲੇ ਵੱਲ ਨੂੰ ਵਧੇ ਤਾ ਨੂੰ ਗਏ ਉਸ ਦੀ ਨਜ਼ਦੀਕੀ ਪ੍ਰਾਪਤ ਕੀਤੀ ਆਪਣੇ ਉਹਨਾਂ ਨੇ ਆਪਣੇ ਆਪ ਨੂੰ ਬਹੁਤ ਸਾਰੇ ਉਹਨਾਂ ਸਮਿਆਂ ਦੇ ਵਿੱਚ ਦੀ ਕੱਢਿਆ ਬਹੁਤ ਸਾਰੀ ਤਪੱਸਿਆ ਕੀਤੀ ਬਹੁਤ ਸਾਰੀ ਭਗਤੀ ਕੀਤੀ ਉਹ ਭਗਤੀ ਦੇ ਨਾਲ ਉੱਚੇ ਆਪਣੇ ਆਪ ਨੂੰ ਉਠਾਇਆ ਪਰ ਇੱਕ ਕੰਪਲੀਟਲੀ ਵੱਖਰੀ ਚੀਜ਼ ਮਸੀਹ ਨੇ ਥੱਲਿਓਂ ਚੰਗੇ ਕੰਮ ਕਰਕੇ ਆਪਣੇ ਆਪ ਨੂੰ ਨਹੀਂ ਵਧਾਇਆ ਬਲਕਿ ਉਪਰੋਂ ਆਪਣੇ ਆਪ ਨੂੰ ਖਾਲੀ ਕਰਕੇ ਥੱਲੇ ਆਇਆ ਦੈਟਸ ਅ ਡਿਫਰੈਂਟ ਇਹੇ ਫਰਕਾ ਆਪਣੇ ਆਪ ਨੂੰ ਖਾਲੀ ਕਰਕੇ ਆਇਆ ਔਰ ਇਨਸਾਨ ਦੇ ਆਕੇ ਬਰਾਬਰ ਬੈਠਾ ਜੋ ਬਿਲਕੁਲ ਖਾਲੀ ਸੀ ਉਸਦੇ ਲਈ ਮੌਤ ਚਖੀ ਉਸ ਨੂੰ ਆਜ਼ਾਦ ਕੀਤਾ ਉਸ ਨੂੰ ਮੁਕਤੀ ਦਾ ਦਾਨ ਦਿੱਤਾ ਇਹ ਜੋ ਚੀਜ਼ਾਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਸੀ ਉਹ ਉਹ ਚੀਜ਼ਾਂ ਦੇਣ ਦੇ ਲਈ ਆਇਆ ਸੀ ਦੈਸ ਅ ਡਿਫਰੈਂਸ ਇਹ ਫਰਕ ਇਸ ਕਰਕੇ ਅਸੀਂ 크리스마ਸ ਮਨਾਉਂਦੇ ਆ ਇਸ ਕਰਕੇ ਅਸੀਂ ਇਸ ਦਿਨ ਨੂੰ ਮਨਾਉਂਦੇ ਆ 25 ਤਰੀਕ ਦੇ ਨਾਲ ਇਹਦਾ ਕੋਈ ਮਕਸਦ ਨਹੀਂ ਪਰ ਦਿਨ ਮਨਾਉਣ ਦੇ ਨਾਲ ਇਸ ਦਾ ਸਾਰਾ ਕੁਝ ਕਈ ਲੋਕ ਕਹਿੰਦੇ ਆ ਕਿ ਨਹੀਂ ਯਿਸੂ ਮਸੀਹ ਸਤੰਬਰ ਚ ਪੈਦਾ ਹੋਇਆ ਬਈ ਸਤੰਬਰ ਚ ਕ੍ਰਿਸਮਸ ਮਨਾਓ। ਕਈ ਕਹਿੰਦੇ ਨਹੀਂ ਫਰਵਰੀ ਚ ਪੈਦਾ ਹੋਇਆ ਫਰਵਰੀ ਚ ਕ੍ਰਿਸਮਸ ਮਨਾਓ। ਡਸ ਨਾਟ ਮੈਟਰ। ਪਰ ਮਨਾਓ ਜ਼ਰੂਰ ਕਿਉਂਕਿ ਇਹ ਦਿਨ ਮਨਾਉਣ ਦੇ ਯੋਗ ਆ। ਕੌਣ ਕਹਿ ਸਕਦਾ ਕਿ ਦੇ ਕੋਲ ਐਨਾ ਵੱਡਾ ਦਾਣ ਆ ਕਿਹੜਾ ਦਿਨ ਐਡਾ ਪਵਿੱਤਰ। ਇਸ ਧਰਤੀ ਤੇ ਇਸ ਤੋਂ ਵੱਡਾ ਦਿਨ ਕਿਹੜਾ ਹੋ ਸਕਦਾ? ਇਸ ਤੋਂ ਵੱਡਾ ਦਿਨ ਵੀ ਕੋਈ ਹੋ ਸਕਦਾ ਕੋਈ ਨਹੀਂ ਪਸੰਦ ਦੇ ਵਿੱਚ ਅੱਗੇ ਜਾ ਕੇ ਲਿਖਿਆ ਜਿਸ ਵੇਲੇ ਅਸੀਂ ਤੀਸਰੇ ਚੈਪਟਰ ਦੇ ਵਿੱਚ ਆਉਨੇ ਆ ਉਸ ਵੇਲੇ ਕਿਉਂਕਿ ਧਿਆਨ ਸਾਡਾ ਦੁਨਿਆਵੀ ਨਬੀਆਂ ਤੇ ਦੁਨਿਆਵੀ ਜਿਹੜੇ ਸਾਨੂੰ ਮੈਸੈਂਜਰ ਮਿਲੇ ਆ ਪ੍ਰਭੂ ਦੇ ਉਹਨਾਂ ਦੇ ਉੱਤੇ ਸਾਨੂੰ ਦੁਨੀਆਂ ਦੇ ਭਗਤਾਂ ਦੇ ਉੱਤੇ ਫਕੀਰਾਂ ਦੇ ਉੱਤੇ ਸਾਡਾ ਧਿਆਨ ਲੱਗ ਜਾਂਦਾ ਪਰ ਉਹਨਾਂ ਸਾਰਿਆਂ ਨੂੰ ਅਗਰ ਇਕੱਠਾ ਕਰ ਦਿੱਤਾ ਜਾਏ ਤਾਂ موسی ਜਿੰਨਾ ਵੱਡਾ ਨਬੀ ਹੋਰ ਕੋਈ ਨਹੀਂ ਸੀ ਕਿਉਂਕਿ موسی ਦੇ ਨੇ ਦੇ ਨਾਲ ਸਾਨੂੰ ਸਾਰੀ ਦੁਨੀਆ ਤੇ ਜਿੰਨਾ ਵੀ ਧਰਮ ਆ ਉਹ ਸਾਨੂੰ موسی ਦੇ ਰਾਹੀਂ ਮਿਲਿਆ ਬਾਕੀ ਸਭ ਉਸ ਤੋਂ ਸ਼ਖਾਵਾਂ ਮ ਫੁੱਟਦੀਆਂ ਪਈਆਂ ਕੋਈ ਨਵੀਂ ਚੀਜ਼ ਨਹੀਂ ਉਸ ਤੋਂ ਬਾਅਦ ਦਿੱਤੀ ਗਈ ਕੋਈ ਨਹੀਂ ਕਹਿ ਸਕਦਾ ਜੋ ਕੁਝ موسی ਨੇ ਸਾਨੂੰ ਪਹਿਲੀਆਂ 5 ਕਿਤਾਬਾਂ ਦੇ ਵਿੱਚ ਦਿੱਤਾ ਉਤਪਤ ਦੂਸਰੀ ਦਾ ਨਾਂ ਕੀਆ ਕੁਝ ਤੀਜੀ ਦਾ ਨਾਂ ਕੀਆ ਚੌਥੀ ਦਾ ਨਾਂ ਕੀਆ ਪੰਜਵੀਂ ਦਾ ਨਾਂ ਕੀਆ ਜੋ ਪਹਿਲੀਆਂ 5 ਬਾਈਬਲ ਦੀਆਂ ਕਿਤਾਬਾਂ ਦੇ ਵਿੱਚ ਮਿਲਦਾ ਜੋ ਧਰਮ ਦੀ ਗੱਲ ਉਹਦੇ ਵਿੱਚ ਮਿਲਦੀ ਕਿਸੇ ਵੀ ਹੋਰ ਧਾਰਮਿਕ ਕਿਤਾਬਾਂ ਜਿੰਨੀਆਂ ਮਰਜ਼ੀ ਲੈ ਲਓ ਕੋਈ ਨਵੀਂ ਚੀਜ਼ ਨਹੀਂ ਲਿਖੀ ਗਈ ਸਭ ਕੁਛ ਹੋਇਆ। ਤਰਮ ਸਾਨੂੰ موسی ਦਾ ਰਾਇ ਮਿਲਿਆ। ਜਿਸ ਦੇ ਨਾਲ ਪ੍ਰਭੂ ਨੇ ਪਰਮੇਸ਼ਰ ਨੇ ਮੂੰਹ ਤੋਂ ਮੂੰਹ ਗੱਲ ਕੀਤੀ ਆ। ਵਚਨ ਸਾਨੂੰ ਇਹ ਦੱਸਦਾ। ਉਸ ਦੇ ਨਾਲ ਮੂੰਹ ਤੋਂ ਮੂੰਹ ਗੱਲ ਕੀਤੀ ਆ। ਸੋ ਇਸ ਕਰਕੇ ਉਹ ਉਹ ਇੱਕ ਉਹ ਨੂੰ ਲੈ ਕੇ ਆਇਆ موسی। ਜਿਸ ਦੇ ਵਿੱਚ ਸਾਰੇ ਹੀ ਆ ਜਾਂਦੇ ਆ। ਸਾਰੇ ਹੀ ਨਬੀ ਆ ਜਾਂਦੇ ਆ। ਸਾਰੇ ਹੀ ਫਕੀਰ ਆ ਜਾਂਦੇ ਆ। ਸਾਰੇ ਹੀ ਸੰਤ ਆ ਜਾਂਦੇ ਆ। ਸਾਰੇ ਗੁਰੂ ਆ ਜਾਂਦੇ ਆ ਪ੍ਰਭੂ ਦਾ ਸ਼ੁਕਰ ਆ ਸਾਰਿਆਂ ਦੇ ਲਈ ਲੇਕਿਨ ਸਾਰੇ ਦੇ ਸਾਰੇ ਇੱਥੇ ਆ ਜਾਂਦੇ ਆ ਔਰ ਉਹ ਪ੍ਰਭੂ ਦਾ ਬੰਦਾ ਇਹ ਕਹਿ ਰਿਹਾ ਕਹਿੰਦਾ ਇਸ ਲਈ ਮੇਰੇ ਵਿਸ਼ਵਾਸੀ ਭਰਾਵੋ ਮੈਂ ਤੀਸਰੇ ਭਾਗ ਤੋਂ ਪੜਦਾ ਪਿਆ ਉਹਦੀ ਪਹਿਲੀ ਆਇਤ ਤੋਂ ਇਸ ਲਈ ਮੇਰੇ ਵਿਸ਼ਵਾਸੀ ਭਰਾਵੋ ਜੋ ਸਵਰਗ ਦੀਆਂ ਅਸੀਸਾਂ ਦੇ ਭਾਗੀ ਹੋਣ ਦੇ ਲਈ ਸੱਦੇ ਗਏ ਸਾਡੇ ਵਿੱਚ ਸਾਡੀ ਭੈਣ ਅੱਜ ਦੂਸਰੀ ਵਾਰੀ ਮੈਂ ਉਸ ਦਾ ਚਿਹਰਾ ਦੇਖਦਾ ਪਿਆ ਮੈਂ ਭੈਣ ਤੁਹਾਨੂੰ ਆ ਉਹ ਦਿਨ 크리스마ਸ ਵਾਲੇ ਦਿਨ ਦੋ ਤਿੰਨ ਵਾਰੀ ਮਿਲਣਾ ਹੈ ਪਰ ਰਸਤੇ 'ਚ ਮੈਨੂੰ ਕਿਸੇ ਨਾ ਕਿਸੇ ਨੇ ਫੜ ਲਿਆ ਫਿਰ ਜਿਸ ਲਈ ਤੁਹਾਡੇ ਤੇ ਪਹੁੰਚਾ ਤੁਸੀਂ ਜਾ ਚੁੱਕੇ ਸੀ ਸੋ ਸਾਡੀ ਭੈਣ ਆਈ ਆ ਬ੍ਰਦਰ ਸਟੀਵ ਸਾਡੇ ਵਿੱਚ ਆਇਆ ਤੁਸੀਂ ਦੋਨੇ ਪ੍ਰਭੂ ਦੇ ਘਰ ਦੇ ਵਿੱਚ ਦੂਜੀ ਜਾਂ ਤੀਸਰੀ ਵਾਰੀ ਬੈਠੇ ਆ ਰਿਮੈਂਬਰ ਯੂ ਆਰ ਕਾਲਡ ਬਾਈ ਗੋਡ ਬੋਥ ਆਫ ਯੂ ਤੁਸੀਂ ਪ੍ਰਭੂ ਦੁਆਰਾ ਸੱਦੇ ਗਏ ਆਏ ਆ ਕੋਈ ਇਨਸਾਨ ਨਹੀਂ ਤੁਹਾਨੂੰ ਪ੍ਰਭੂ ਦੇ ਘਰ ਲੈ ਕੇ ਆਇਆ ਕੋਈ ਪ੍ਰਭੂ ਯਸੂ ਤੋਂ ਨਹੀਂ ਆ ਸਕਦਾ ਪ੍ਰਭੂ ਯਸੂ ਮਸੀਹ ਨੇ ਆਪਣੇ ਸ਼ਬਦਾਂ ਦੇ ਨਾਲ ਕਿਹਾ ਕੋਈ ਮੇਰੇ ਕੋਲ ਨਹੀਂ ਆ ਸਕਦਾ ਜਿੰਨੀ ਦੇਰ ਤੱਕ ਕਿ ਮੇਰਾ ਬਾਪ ਉਸ ਨੂੰ ਮੇਰੇ ਕੋਲ ਲੈ ਕੇ ਨਾ ਆਏ ਨੋਬਾਡੀ ਕੈਨ ਕਮ ਟੂ ਹਿਮ ਅਨਲੈਸ ਦਾ ਫਾਦਰ ਹਿਮਸੈਲਫ ਬ੍ਰਿੰਗ ਥੈਟ ਪਰਸਨ ਟੂ ਮੀ ਸੋ ਯੂ ਆਰ ਬਲੈਸਡ ਔਰ ਜਿਹੜੇ ਤੁਸੀਂ ਬਾਕੀ ਦੇ ਬੈਠੇ ਆ ਯੂਅਰ ਬਲਾਸਟ ਤੁਸੀਂ ਸੱਦੇ ਤੇ ਆਏ ਆ ਔਰ ਬਾਪ ਤੁਹਾਨੂੰ ਲੈ ਕੇ ਆਇਆ ਇਸ ਲਈ ਮੇਰੇ ਵਿਸ਼ਵਾਸੀ ਭਰਾਵੋ ਜੋ ਸਵਰਗ ਦੀਆਂ ਅਸੀਸਾਂ ਦੇ ਭਾਗੀ ਹੋਣ ਦੇ ਲਈ ਸੱਦੇ ਗਏ ਹੋ ਧਿਆਨ ਦੇ ਨਾਲ ਦੇਖੋ ਇਸ ਆਇਤ ਨੂੰ ਸਵਰਗ ਦੀਆਂ ਅਸੀਸਾਂ ਦੇ ਭਾਗੀ ਹੋਣ ਦੇ ਲਈ ਹਿੱਸੇਦਾਰ ਹੋਣ ਦੇ ਲਈ ਮੈਂ ਇਸ ਨੂੰ ਗਾਂ ਜਾ ਕੇ ਹੋਰ ਖੋਲੂਗਾ ਲੇਕਿਨ ਦੇਖੋ ਕਹਿੰਦਾ ਯਸੂ ਦੇ ਬਾਰੇ ਧਿਆਨ ਦੇਵੋ ਜੋ ਸਾਡੇ ਵਿਸ਼ਵਾਸ ਦਾ ਰਸੂਲ ਤੇ ਮਹਾਪ੍ਰੋਹਤ ਹੈ ਕੀ ਫਿਰ ਆਈਸ ਫੋਕਸਡ ਔਨ ਜੀਸਸ ਕਹਿੰਦਾ ਜੋ ਸਾਡੇ ਸਾਡੇ ਪੂਰੇ ਵਿਸ਼ਵਾਸ ਦਾ ਜੋ ਰਸੂਲ ਜੋ ਅਸਲੀ ਅਪਾਸੋਲ ਹੈ ਜੋ ਸਾਡੇ ਵਿਸ਼ਵਾਸ ਦਾ ਰਸੂਲ ਆ ਔਰ ਜੋ ਮਹਾਪ੍ਰੋਹਤਾ ਸਾਡਾ ਉਰੇ ਸਾਨੂੰ ਅੱਗੇ ਜਾ ਕੇ ਅਸੀਂ ਹੋਰ ਹੋਰ ਡੂੰਘਾਈ ਦੇ ਨਾਲ ਦੇਖਾਂਗੇ ਉਹ ਪਰਮੇਸ਼ਰ ਦਾ ਪੂਰਾ ਪੂਰਾ ਆਗਿਆਕਾਰੀ ਰਿਹਾ ਜਿਸ ਨੇ ਜਿਸ ਨੇ ਉਸ ਨੂੰ ਇਹ ਕੰਮ ਕਰਨ ਦੇ ਲਈ ਠਹਿਰਾਇਆ ਸੀ ਜਿਸ ਤਰ੍ਹਾਂ موسی ਪਰਮੇਸ਼ਰ ਦੇ ਸਾਰੇ ਟੱਬਰ ਸੰਬੰਧੀ ਆਗਿਆਕਾਰੀ ਰਿਹਾ ਸੀ ਪਰ ਯਸੂ موسی ਨਾਲ অধিক ਆਦਰ ਵਾਲਾ ਸਮਝਿਆ ਗਿਆ ਜਿਸ ਤਰ੍ਹਾਂ ਘਰ ਬਣਾਉਣ ਵਾਲਾ ਘਰ ਨਾਲੋਂ অধিক ਆਦਰ ਰੱਖਦਾ ਹਰ ਘਰ ਕਿਸੇ ਨਾ ਕਿਸੇ ਦੁਆਰਾ ਬਣਾਇਆ ਗਿਆ ਹੈ ਪਰ ਪਰਮੇਸ਼ਵਰ ਸਭ ਚੀਜ਼ਾਂ ਦਾ ਰਚਨਹਾਰਾ ਹੈ। ਪ੍ਰਭੂ ਦੇ ਸ਼ੁਕਰ ਦੇਣਾਰ ਅਸੀਂ ਇੱਥੇ ਬੈਠੇ ਆਂ ਜਿਹਨਾਂ ਦੇ ਘਰ ਆ ਪਰ ਸਾਨੂੰ ਹਿੰਦੁਸਤਾਨ ਦੀ ਐਗਜ਼ੈਂਪਲ ਜ਼ਿਆਦਾ ਚੇਤੇ ਆਉਂਦੀ ਆ। ਜਿਸ ਰਾਜਨੇਓ ਘਰ ਬਣਾਇਆ ਹੋਵੇ, ਜਿਸ ਮਿਸਤਰੀ ਨੇ ਉਹ ਘਰ ਬਣਾਇਆ ਹੋਵੇ। ਜਿਸ ਉੱਥੇ ਇੱਥੇ ਕਾਰਪੈਂਟਰ ਘਰ ਬਣਾਉਂਦੇ ਆ ਉੱਥੇ ਮੈਸਨ ਬਣਾਉਂਦੇ ਆ ਜਿਸ ਮਿਸਤਰੀ ਨੇ ਘਰ ਬਣਾਇਆ ਹੋਵੇ ਕੋਈ ਨਹੀਂ ਕਹਿੰਦਾ ਕਿ ਇਹ ਮਿਸਤਰੀ ਦਾ ਘਰ ਇਹ ਆਸ ਮਿਸਤਰੀ ਦਾ ਘਰ ਉਥੋਂ ਨੰਗਣ ਵਾਲਾ ਹਮੇਸ਼ਾ ਕਹਿੰਦਾ ਕਿ ਆ ਜਿਹੜਾ ਘਰ ਆ ਇਹ ਇਹ ਲਖਵੀਰ ਦਾ ਘਰ ਆ ਜਾਂ ਆ ਜਿਹੜਾ ਘਰ ਹੈ ਹਰਜਿੰਦਰ ਦਾ ਘਰ ਜਾਂ ਆ ਜਿਹੜਾ ਘਰ ਹੈ ਇਹ ਕੰਮਲ ਹੁਣਾਂ ਦਾ ਘਰ ਕੋਈ ਨਹੀਂ ਮਿਸਤਰੀਆਂ ਨੂੰ ਯਾਦ ਕਰਦਾ ਕੇ ਜੀ ਆਹ ਘਰ ਮਿਸਤਰੀ ਨੇ ਐਸ ਮਿਸਤਰੀ ਦਾ ਬਣਿਆ ਆਹ ਘਰ ਐਸ ਮਿਸਤਰੀ ਦਾ ਬਣਿਆ ਆਹ ਘਰ ਐਸ ਮਿਸਤਰੀ ਦਾ ਬਣਿਆ ਆਹ ਘਰ ਐਸ ਮਿਸਤਰੀ ਦਾ ਬਣਿਆ ਕੋਈ ਨਹੀਂ ਨਾ ਚੀਜ਼ਾਂ ਯਾਦ ਕਰਦਾ ਲੇਕਿਨ ਜਿਤਨਾ ਪਰਮੇਸ਼ਰ ਨੇ ਉਹ ਘਰ ਬਣਾਏ ਇਸੇ ਤਰ੍ਹਾਂ ਧਰਤੀ ਦੇ ਉੱਤੇ ਵੀ ਪ੍ਰਭੂ ਨੇ ਵੱਖਰੇ ਵੱਖਰੇ ਲੋਕਾਂ ਨੂੰ ਯੂਜ਼ ਕੀਤਾ ਮਿਸਤਰੀਆਂ ਨੂੰ ਯੂਜ਼ ਕੀਤਾ ਯਹੂਦੀਆਂ ਦੇ ਲਈ ਜਿਹੜਾ ਕਾਰਪੈਂਟਰ ਉਹਨੇ ਯੂਜ਼ ਕੀਤਾ ਜਿਹੜਾ ਮਿਸਤਰੀ ਉਹਨੇ ਯੂਜ਼ ਕੀਤਾ ਉਸ ਦਾ ਨਾਮ موسی ਸੀ ਪਰ ਘਰ ਤਾਂ ਪ੍ਰਭੂ ਦਾ ਆਇਆ ਉਹ ਕਹਿੰਦਾ ਤੁਸੀਂ ਆਪਣਾ ਧਿਆਨ موسی ਵੱਲ ਕਿਉਂ ਲਾਉਣੇ ਪਏ ਆ ਆਪਣਾ ਧਿਆਨ ਉਹਦੇ ਵੱਲ ਲਾਓ ਜੋ ਘਰ ਦਾ ਮਾਲਕ ਸੋ ਇਸੇ ਤਰ੍ਹਾਂ ਉਹ ਇਹ ਕਹਿ ਰਿਹਾ موسی ਪੰਜਵੀਂ ਆਇਤ موسی ਸੇਵਕ ਦੇ ਰੂਪ ਦੇ ਵਿੱਚ ਪਰਮੇਸ਼ਰ ਦੇ ਸਾਰੇ ਕਾਰ ਸੰਬੰਧੀ ਆਗਿਆਕਾਰੀ ਰਿਹਾ ਤਾਂ ਜੋ ਉਸ ਉਸ ਦੀ ਗਵਾਹੀ ਦੇਵੇ ਜੋ ਪਰਮੇਸ਼ਰ ਭਵਿੱਖ ਵਿੱਚ ਬੋਲੇਗਾ ਪਰ ਮਸੀਹ ਉਸ ਇੱਕ ਪੁੱਤਰ ਦੀ ਤਰ੍ਹਾਂ ਆਗਿਆਕਾਰੀ ਹੈ ਜੋ ਘਰ ਦਾ ਅਧਿਕਾਰੀ ਠਹਿਰਾਇਆ ਗਿਆ ਜੋ ਉਸ ਘਰ ਦਾ ਮਾਲਕ ਬਣ ਜੋ ਉਸ ਘਰ ਦਾ ਸਵਾਮੀ ਬਣਿਆ ਅਤੇ ਉਹ ਅਤੇ ਅਸੀਂ ਉਹ ਕਰ ਹਾਂ ਧਿਆਨ ਦਿਓ ਜਿਹੜੇ ਪ੍ਰਭੂ ਦੇ ਨਵੀ ਆਏ ਆ ਉਹਨਾਂ ਦੇ ਲਈ ਪ੍ਰਭੂ ਦਾ ਸ਼ੁਕਰ ਆ ਪਰ ਉਹ ਸਭ ਮਿਸਤਰੀ ਆ ਉਹ ਸਭ ਤਰਖਾਨ ਆ ਉਹ ਸਭ ਉਸ ਘਰ ਨੂੰ ਬਣਾਉਣ ਵਾਲੇ ਆ ਪਰ ਘਰ ਉਹਨਾਂ ਦਾ ਨਹੀਂ ਔਰ ਨੌਜਵਾਨ ਬੋਤਿਆਂ ਨੇ ਕਿਹਾ ਵੀ ਇਹ ਵੀ ਮੈਂ ਨਹੀਂ ਇਸ ਦਾ ਮਾਲਕ। ਔਰ ਕਈਆਂ ਨੇ ਇਹ ਵੀ ਕਿਹਾ ਤੁਸੀਂ ਮੈਨੂੰ ਇਸ ਦਾ ਮਾਲਕ ਨਾ ਕਹੋ। ਕਈਆਂ ਨੇ ਤਾਂ ਆਪਣੀ ਤਸਵੀਰ ਬਣਾਉਣ ਦੇ ਲਈ ਵੀ ਸਾਨੂੰ ਕਹਿ ਦਿੱਤਾ ਸੀ ਸਾਨੂੰ ਇਹ ਸਾਡੇ ਤੇ ਬੰਦਸ਼ਾਂ ਲਾ ਦਿੱਤੀਆਂ ਸੀ ਕਿ ਮੇਰੇ ਔਰ ਮੇਰੇ ਪਰਿਵਾਰ ਦੇ ਨਾਂ ਤੇ ਕੋਈ ਜਗ੍ਹਾ ਨਾ ਬਣਾਇਓ। ਔਰ ਮੱਥਾ ਨਾ ਟੇਕਿਓ। ਬੰਦਸ਼ਾਂ ਲਾ ਦਿੱਤੀਆਂ ਸੀ ਕਿਉਂਕਿ ਉਹ ਜਾਣਦੇ ਸੀ ਉਹ ਮਿਸਤਰੀ ਆ। ਉਹ ਮਿਸਤਰੀ ਆ ਮਾਲਕ ਨਹੀਂ। ਯਸੁ ਅਧਿਕਾਰੀ ਹ ਉਸ ਕਰਦਾ ਕਹਿੰਦਾ ਜੋ ਕਰ ਅਧਿਕਾਰੀ ਕਰਦਾ ਅਧਿਕਾਰ ਹੀ ਠਹਿਰਾਇਆ ਗਿਆ ਅਤੇ ਉਹ ਅਤੇ ਅਸੀਂ ਉਹ ਕਰ ਹਾਂ ਜੇਕਰ ਅਸੀਂ ਉਸ ਉਮੀਦ ਤੇ ਜੋ ਸਾਡੀ ਹੈ ਪੂਰਨ ਭਰੋਸਾ ਅਤੇ ਮਾਨ ਕਰਦੇ ਹਾਂ ਦੈਟਸ ਵਾਟ ਇਟ ਇਜ਼ ਪ੍ਰਭੂ ਦਾ ਸ਼ੁਕਰ ਕਰੋ ਕਿ ਤੁਹਾਨੂੰ ਉਸਨੇ ਸੱਦਿਆ ਅੱਜ ਸਾਡੀ ਬੇਟੀ ਨੇ ਪ੍ਰਭੂ ਦੇ ਵਚਨ ਦੇ ਵਿੱਚੋਂ ਹਿੱਸਾ ਪੜ੍ਹਿਆ ਕਿ ਪ੍ਰਭੂ ਨੇ ਕਿਹਾ ਕਿ ਮੈਂ ਤੁਹਾਨੂੰ ਆਪਣੇ ਦਾਸ ਬਣਾਉਂਗਾ ਪ੍ਰਤਿਆਨ ਦਿਓ ਦੈਟਸ 올ਡ ਟੈਸਟਮੈਂਟ ਉਹ ਹਿੱਸਾ ਪ੍ਰਾਣੇ ਨਿਯਮ ਦਾ ਸੀ ਨਵੇਂ ਨਿਯਮ ਦਾ ਨਹੀਂ ਸੀ ਨਵੇਂ ਨਿਯਮ ਦੇ ਵਿੱਚ ਪ੍ਰਭੂ ਯਿਸੂ ਨੇ ਕਿਹਾ ਮੈਂ ਤੁਹਾਨੂੰ ਕਦੀ ਵੀ ਆਪਣੇ ਦਾਸ ਨਹੀਂ ਕਹੂੰਗਾ ਬਲਕਿ ਮੈਂ ਤੁਹਾਨੂੰ ਆਪਣੇ ਮਿੱਤਰ ਕਹੂੰਗਾ। ਔਰ ਜਦੋਂ ਉਸ ਨੂੰ ਕਿਹਾ ਗਿਆ ਕਿ ਸਾਨੂੰ ਦੁਆ ਕਰਨੀ ਸਿਖਾ ਤੇ ਉਸ ਨੇ ਇਹ ਨਹੀਂ ਕਿਹਾ हे ਪਰਮੇਸ਼ਰ ਜੋ ਤੂੰ ਸਵਰਗ ਦੇ ਵਿੱਚ। ਉਸ ਨੇ ਦੁਆ ਕਰਨੀ ਇਸ ਤਰ੍ਹਾਂ ਸਿਖਾਈ ਐ ਬਾਪ। ਜਦੋਂ ਤੁਸੀਂ ਦੁਆ ਕਰੋ। ਜਿਸ ਵੇਲੇ ਕਹਿੰਦਾ ਤੁਸੀਂ ਇਸ ਤਰ੍ਹਾਂ ਦੁਆ ਨਾ ਕਰਿਆ ਕਰੋ ਜਿਸ ਤਰ੍ਹਾਂ ਇਹ ਫਰੀਸੀ ਧਰਮ ਗ੍ਰੰਥੀ ਕਰਦੇ ਆ। ਇਸ ਸੇਵਕ ਕਾ ਸਾਰੇ ਜਿੱਦਾਂ ਧਰਮ ਗ੍ਰੰਥੀ ਦੁਆ ਕਰਦੇ ਆ ਇਹ ਗ੍ਰੰਥੀ ਲੋਕ ਦੁਆ ਕਰਦੇ ਇਦਾਂ ਦੁਆ ਨਾ ਕਰਿਓ ਜਦੋਂ ਤੁਸੀਂ ਮੇਰੇ ਵਿੱਚ ਦੁਆ ਕਰੋ ਤਾਂ ਇਦਾਂ ਦੁਆ ਕਰਿਓ हे ਪਿਤਾ ਜੋ ਤੂੰ ਸਵਰਗ ਦੇ ਵਿੱਚ ਹੈ ਤੇਰਾ ਨਾਮ ਪਵਿੱਤਰ ਮੰਨਿਆ ਜਾਏ ਇਸ ਕਰਕੇ ਮੈਂ ਕ੍ਰਿਸਮਸ ਬਣਾਉਣਾ ਕਿ ਮੈਂ ਪਰਮੇਸ਼ਰ ਵਿੱਚ ਆਈ ਐਮ ਨਾਟ ਸਲੇਵ ਆਫ ਗੋਡ i am not servant of god but i am a child of god in jesus christ oh rishta jo prabhu ne ditta esse karke jadon prabhu yesu masi kise bhi sanu usne bahut sariyan chizaan kathawaan de rain sikhaiyan roop kathawaan de rain sikhaiyan ਇਸ ਕਰਕੇ ਜਦੋਂ ਉਸ ਨੇ ਉਹ ਦੋ ਪੁੱਤਰਾਂ ਦੀ ਕਥਾ ਸੁਣਾਈ ਅਗਰ موسی ਇਹ ਦੋ ਪੁੱਤਰਾਂ ਦੀ ਕਥਾ ਸੁਣਾਉਂਦਾ ਤੇ موسی ਨੇ ਬਿਲਕੁਲ ਇੱਕ ਵੱਖਰੀ ਤਰ੍ਹਾਂ ਦੇ ਨਾਲ ਉਹ ਕਥਾ ਸੁਣਾਉਣੀ ਸੀ ਕਿ ਇੱਕ ਬਾਪ ਦੇ ਦੋ ਬੇਟੇ ਸਗੇ ਛੋਟੇ ਨੇ ਬਾਪ ਨੂੰ ਕਿਹਾ ਕਿ ਮੈਂ ਮੇਰਾ ਹਿੱਸਾ ਮੈਨੂੰ ਦੇ ਦੇ ਸੋ ਬਾਪ ਨੇ ਉਸ ਨੂੰ ਉਸ ਦਾ ਹਿੱਸਾ ਦੇ ਦਿੱਤਾ ਉਹ ਗਿਆ ਉਸਨੇ ਉਹ ਜਾ ਕੇ ਸਾਰਾ ਹਿੱਸਾ ਵੇਚ ਦਿੱਤਾ ਜਾ ਕੇ ਆਪਣਾ ਸਾਰਾ ਤਨ ਬੁਰੇ ਕੰਮਾਂ ਦੇ ਵਿੱਚ ਉਝਾੜ ਦਿੱਤਾ। ਔਰ ਜਦੋਂ ਉਹ ਉੱਥੇ ਸੀ ਤਾਂ ਉਸ ਨੂੰ ਸੂਰ ਚਾਰਨ ਦਾ ਕੰਮ ਮਿਲਿਆ। ਔਰ ਸੂਰ ਚਾਰ ਕੇ ਜਦੋਂ ਉੱਥੇ ਉਹ ਬੈਠਾ ਸੀ ਕਹਿੰਦਾ ਮੈਂ ਹੁਣ ਆਪਣੇ ਬਾਪ ਦੇ ਘਰ ਜਾਊਂਗਾ ਤੇ ਮੈਂ ਉਸ ਨੂੰ ਕਹੂੰਗਾ ਕਿ ਹੁਣ ਤੂੰ ਮੈਨੂੰ ਆਪਣਾ ਨੌਕਰ ਰੱਖ ਲੈ। ਸੋ ਵਾਪਸ ਆ ਗਿਆ। ਹੁਣ موسی ਨੇ ਉਸ ਕਹਾਣੀ ਨੂੰ ਇਸ ਤਰ੍ਹਾਂ ਖਤਮ ਕਰਨਾ ਸੀ। ਜਦੋਂ ਉਸਨੇ ਆਪਣੇ ਬੇਟੇ ਨੂੰ ਦੂਰੋਂ ਆਉਂਦਾ ਦੇਖਿਆ ਤਾਂ ਉਸਦੇ ਦਿਲ ਦੇ ਵਿੱਚ ਦਇਆ ਆਈ। ਲਾਦੇ ਅਨੁਸਾਰ ਉਸਨੇ ਕਿਹਾ ਕਿ ਇਹ ਮੇਰਾ ਪੁੱਤਰ ਸਾਮਰੀ ਹੋ ਗਿਆ। ਇਹ ਯਹੂਦੀ ਸੀ ਜਦੋਂ ਇੱਥੋਂ ਗਿਆ ਇਹ ਸਾਮਰੀ ਹੋ ਗਿਆ। ਇਹ ਪੇਗਨ ਬਣ ਗਿਆ। ਇਸਨੇ ਸੂਰ ਦਾ ਮਾਸ ਖਾਦਾ ਇਸਨੇ ਧਰਮ ਤੋੜਿਆ। ਸੋ ਹੁਣ ਮੇਰਾ ਬੇਟਾ ਤਾਂ ਨਹੀਂ ਕਹਲਾ ਸਕਦਾ ਲੇਕਿਨ ਮੈਂ ਇਸ ਨੂੰ ਆਪਣੀ ਸੇਵਾ ਦੇ ਵਿੱਚ ਵਾਪਸ ਲੈਣਾ ਯੂ ਨੋਟ ਅਮੇਜ਼ਿੰਗ ਚੀਜ਼ ਪਤਾ ਕੀ ਸੀਗੀ ਉਹ ਪੁੱਤਰ ਵੀ ਇਹੀ ਸੋਚਦਾ ਪਿਆ ਸੀ ਕਿ ਮੈਂ ਵਾਪਸ ਜਾਊਂਗਾ ਆਪਣੇ ਬਾਪ ਨੂੰ ਕਹੂੰਗਾ ਮੈਨੂੰ ਆਪਣਾ ਨੌਕਰ ਰੱਖ ਲੈ ਉਹ ਬੇਟਾ ਵੀ ਇਸ ਤੋਂ ਜ਼ਿਆਦਾ ਨਹੀਂ ਸੀ ਸੋਚਦਾ ਪਿਆ ਲੇਕਿਨ ਜਦ ਯਸੂ ਨੇ ਕਹਾਣੀ ਸੁਣਾਈ ਤੇ ਉਸਨੇ ਕਿਆ ਉਹ ਦੌੜ ਕੇ ਗਿਆ ਉਸਨੇ ਉਸਨੂੰ ਗਲੇ ਦੇ ਨਾਲ ਲਾਇਆ ਸੂਰਾਂ ਦੀ ਸੂਰਾਂ ਤੇ ਗੰਧ ਦੇ ਨਾਲ ਭਰਿਆ ਪਿਆ ਸੂਰਾਂ ਦੀ ਬਦਬੂ ਦੇ ਨਾਲ ਭਰਿਆ ਪਿਆ ਬਾਪ ਨੇ ਉਸਨੂੰ ਗਲ ਦੇ ਨਾਲ ਲਾਇਆ ਉਸਨੇ ਆਪਣੀ ਉਂਗਲੀ ਆਪਣੀ ਅੰਗੂਠੀ ਕੱਢੀ ਉਹਦੇ ਪਹਿਨਾਈ ਉਹਦਾ ਕੀ ਮਤਲਬ ਹੈ ਅੰਗੂਠੀ ਕੱਢੀ ਤੇ ਉਹਦੇ ਪਹਿਨਾਈ ਅੰਗੂਠੀ ਦੇ ਉੱਤੇ ਚਿੰਨ੍ਹ ਹੁੰਦਾ ਸੀ ਪਰਿਵਾਰ ਦਾ ਚਿੰਨ੍ਹ ਲੱਗਾ ਹੁੰਦਾ ਸੀ ਉਸ ਨੇ ਆਪਣੀ ਅੰਗੂਠੀ ਲਾ ਕੇ ਉਸ ਦੇ ਪਹਿਨਾਈ ਕਿ ਇਸ ਨੂੰ ਇਹ ਨਾ ਕੋਈ ਕਵੇ ਇਸ ਨੂੰ ਜਿਹੜਾ ਵੀ ਦੇਖੇ ਇਸ ਅੰਗੂਠੀ ਨੂੰ ਦੇਖ ਕੇ ਕਵੇ ਕਿ ਉਸ ਦਾ ਪੁੱਤਰ ਆ ਬਈ ਉਸ ਨੇ ਉਸ ਨੂੰ ਆਪਣੀ ਸੰਤਾਨ ਬਣਾਇਆ ਉਸ ਨੇ ਕਿਹਾ ਤੂੰ ਇਹਨੂੰ ਆਪਣਾ ਨੌਕਰ ਰੱਖ ਲਾਓ ਆਪਣੇ ਬਾਪ ਨੂੰ ਕਹਿ ਰਿਹਾ ਉਹ ਕਹਿੰਦਾ ਪੜਿਆ ਬੱਚਾ ਕਟੋ ਖੁਸ਼ੀਆਂ ਮਨਾਓ ਮੇਰਾ ਪੁੱਤਰ ਮਰ ਗਿਆ ਸੀ ਬਾਪਸ ਆ ਗਿਆ ਅਜੋ That's how he finished the story. ਜਿਸ ਲਈ ਚੇਲੇ ਪ੍ਰਭੂ ਯਿਸੂ ਨੂੰ ਪੁੱਛਦੇ ਪਏ ਆ ਸਾਨੂੰ ਦੁਆ ਕਰਨੀ ਸਿਖਾ ਉਹ ਵੀ ਇਹੋ ਹੀ ਇਹੋ ਹੀ ਪੁੱਛਦੇ ਪਏ ਸੀ ਵੀ ਸ਼ਾਇਦ ਇਹਦੇ ਕੋਲ ਕੋਈ ਮੰਤਰ ਟੋਟਕਾ ਹੋਏਗਾ ਜਿਹਦੇ ਨਾਲ ਇਹ ਦੁਆ ਕਰਨੀ ਸਾਨੂੰ ਸਿਖਾਏਗਾ ਪਰ ਉਸਨੇ ਇਦਾਂ ਨਹੀਂ ਕਿਹਾ ਉਸਨੇ ਕਿਹਾ ਜਦ ਤੁਸੀਂ ਦੁਆ ਕਰੋ ਤੇ ਇਸ ਤਰ੍ਹਾਂ ਕਰੋ ਐ ਬਾਪ ਜਦ ਤੂੰ ਸਵਰਗ ਤੇ ਵੇਚਾ ਔਰ ਇਸ ਦੇ ਨਾਲ ਮੈਂ ਅੱਜ ਦਾ ਚੌਥਾ ਹਿੱਸਾ ਜੋੜੂਗਾ ਉਹ ਹੈ ਚੌਥਾ ਪਾਪ ਉਸ ਦੀਆਂ ਆਖਰੀ ਆਇਤਾਂ ਹਿੱਸਾ ਇੱਕ ਹੋਰ ਵੀ ਮੈਂ ਆਪਣੇ ਤੁਹਾਡੇ ਨਾਲ ਸ਼ੇਅਰ ਕਰਨਾ ਸੀ ਪਰ ਆਓ ਇਸ ਦੇ ਨਾਲ ਖਤਮ ਕਰੀਏ ਚੌਥਾ ਪਾਪ ਉਸ ਦੀ 14ਵੀਂ ਆਇਤ ਔਰ ਇਸ ਕਰਕੇ ਮੈਂ ਇਹ ਚੌਥਾ ਹਿਸਕਾਰਨ ਜਿਸ ਦੇ ਕਾਰਨ ਮੈਂ ਕ੍ਰਿਸਮਸ ਵਾਈ ਆਈ ਸੈਲੀਬ੍ਰੇਟ ਕ੍ਰਿਸਮਸ ਹੀਬਰੂਸ ਚੈਪਟਰ 4 14 ਤੋਂ ਲੈ ਕੇ ਉਸ ਦੇ ਅੰਤ ਤਾਈ ਆਓ ਇਸ ਨੂੰ ਦੇਖੀਏ ਅਗਰ ਤੁਹਾਡੇ ਕੋ ਨਵੀਆਂ ਬਾਈਬਲਾਂ 408 ਪੰਨਾ ਸੋ ਸਾਰੇ ਜਾਣੇ ਪਲੀਜ਼ ਆਪਣਾ ਧਿਆਨ ਬਚਨ ਦੇ ਇਸ ਹਿੱਸੇ ਤੇ ਜਰੂਰ ਲਾਓ 14 ਆਇਤ ਇਸ ਹੀਬਰੂਜ਼ ਚੈਪਟਰ 4 14 ਟੂ 18 ਇਸਦੇ ਵਾਲ ਆਪਣਾ ਧਿਆਨ ਕਰੋ ਇਸ ਲਈ ਕਿਉਂਕਿ ਸਾਡਾ ਇੱਕ ਮਹਾਂ ਇੱਕ ਮਹਾਂ ਪੁਰੀਹਤ ਹੈ ਜੋ ਅਸਮਾਨਾਂ ਤੋਂ ਪਾਰ ਗਿਆ ਹੈ ਅਰਥਾਤ ਪਰਮੇਸ਼ਰ ਦਾ ਪੁੱਤਰ ਯੇਸ਼ੂ ਉਹ ਸਾਡਾ ਮਹਾਪ੍ਰੋਹਤ ਇਹੋ ਜਿਹਾ ਨਹੀਂ ਜੋ ਸਾਡੇ ਨਾਲ ਸਾਡੀਆਂ ਕਮਜ਼ੋਰੀਆਂ ਦੇ ਵਿੱਚ ਹਮਦਰਦੀ ਨਾ ਕਰ ਸਕੇ ਕਿਉਂ ਉਹ ਆਪ ਸਾਡੇ ਵਾਂਗ ਹਰ ਗੱਲ ਦੇ ਵਿੱਚ ਪਰਖਿਆ ਗਿਆ ਹੈ ਅਤੇ નિર્ਦੋਸ਼ ਠਹਿਰਿਆ ਹੈ ਇਸ ਲਈ ਆਓ ਪਰ ਉਸ ਦੇ ਨਾਲ ਕਿਰਪਾ ਦੇ ਸਿੰਘਾਸਨ ਦੇ ਨੇੜੇ ਚਲੀਏ ਕਿ ਅਸੀਂ ਲੋੜ ਸਮੇਂ ਦਇਆ ਅਤੇ ਉਸ ਦੀ ਕਿਰਪਾ ਦੁਆਰਾ ਮਦਦ ਪ੍ਰਾਪਤ ਕਰੀਏ ਦੈਸਟ ਮੇਨ ਰੀਜ਼ਨ ਪੂਰੇ ਪ੍ਰੋਸੇ ਦੇ ਨਾਲ ਪ੍ਰਭੂ ਦੇ ਕੋਲ ਜਾਣਾ ਕਿਉਂਕਿ ਉਸ ਦੇ ਕੋਲ ਦਇਆ ਪ੍ਰਭੂ ਨੇ ਤੁਹਾਨੂੰ ਪੰਜ ਵਾਰੀ ਉਸ ਚੀਜ਼ ਦੇ ਵਿੱਚੋਂ ਦੀ ਨੰਗ ਲੈਣ ਦਿੱਤਾ ਇਹ ਦਿਖਾਉਣ ਦੇ ਲਈ ਕਿ ਮੈਂ ਕਿਰਪਾਲੂ ਤੇ ਦਿਆਲੂ ਪਰਮੇਸ਼ਵਰ ਹਾਂ ਮੇਰੇ ਕੋਲ ਆ ਸੁਖਦੇਵ ਸਿੰਘ ਮੇਰੇ ਤੋਂ ਆ ਹਾਂ ਤੂੰ ਫੇਰ ਆ ਸਕਦਾ ਹਾਂ ਹਾਂ ਤੂੰ ਫੇਰ ਆ ਸਕਦਾ ਹਾਂ ਹਾਂ ਤੂੰ ਫੇਰ ਆ ਸਕਦਾ ਜਿਸ ਤਰ੍ਹਾਂ ਬੱਚਾ ਆਪਣਾ ਭਾਵੇਂ 50 ਵਾਰੀ ਦਿਨ ਦੇ ਵਿੱਚ ਆਪਣਾ ਆਪਣਾ ਕਲੋਠ ਨੂੰ ਗੰਦਾ ਕਰੇ ਮਾਂ ਉਸ ਨੂੰ ਸੁੱਟ ਨਹੀਂ ਦਿੰਦੀ ਉਸ ਨੂੰ 50 ਵਾਰੀ ਸਾਫ਼ ਕਰੇਗੀ ਉਸ ਨੂੰ 50 ਵਾਰੀ ਸਾਫ਼ ਕਰੇਗੀ ਜੇ ਰਾਤ ਨੂੰ ਥੱਕੀ ਟੁੱਟੀ ਹੋਏਗੀ ਤੇ ਗਿੱਲੀ ਜਗ੍ਹਾ ਤੇ ਆ ਪਹ ਜਾਏਗੀ ਸੁੱਕੀ ਤੇ ਉਹਨੂੰ ਪਾਏਗੀ ਸਾਡੀਆਂ ਸਾਰੀਆਂ ਮਾਵਾਂ ਨੇ ਸਾਡੇ ਨਾਲ ਇਸ ਤਰ੍ਹਾਂ ਕੀਤਾ ਆ ਔਰ ਭਾਈ ਪ੍ਰਭੂ ਦੀ ਬਰਕਤ ਵੀ ਇਸ ਕਰਕੇ ਤੁਹਾਨੂੰ ਮਾਵਾਂ ਨੂੰ ਮਿਲੀ ਆ ਕਿ ਪ੍ਰਭੂ ਯਿਸੂ ਮਸੀਹ ਮਾਂ ਤੋਂ ਪੈਦਾ ਹੋਇਆ ਇਸ ਧਰਤੀ ਤੇ ਸਾਨੂੰ ਸਿਰਫ ਉਹਦਾ ਇੱਕੋ ਹੀ ਰਿਸ਼ਤਾ ਪਤਾ ਉਹਦੀ ਮਾਂ ਬਸ ਔਰਤਾਂ ਨਾ ਔਰਤਾਂ ਵਿੱਚੋਂ ਲੇਕਿਨ ਇਹ ਜਿਹੜੀ ਚੀਜ਼ ਇਸ ਤੇ ਵੱਲ ਧਿਆਨ ਦਿਓ ਸਾਡੇ ਲਈ ਅਸਮਾਨਾਂ ਤੋਂ ਪਰ ਇੱਕ ਬੈਠਾ ਜੋ ਸਾਡੀ ਦੁਆ ਨੂੰ ਸੁਣਦਾ ਪਿਆ। ਔਰ ਅਸੀਂ ਪੂਰੇ ਪ੍ਰੋਸੇ ਦੇ ਨਾਲ ਉਸ ਦੇ ਕੋਲ ਜਾ ਸਕਦੇ ਹਾਂ। ਤਕਿ ਉਹ ਦਰਵਾਜ਼ਾ ਸਾਡੇ ਲਈ ਖੁੱਲ੍ਹਾ ਆ ਉਹ ਸਾਡਾ ਦਰਵਾਜ਼ਾ ਇਸ ਲਈ ਨਹੀਂ ਇਸ ਤਰ੍ਹਾਂ ਨਹੀਂ ਖੁੱਲ੍ਹਾ ਕਿ ਇੱਕ ਸੇਵਕ ਨੂੰ ਆਗਿਆ ਲੈ ਕੇ ਅੰਦਰ ਜਾਣਾ ਪਏ। ਰਾਜਾ ਦਾ ਜਿੱਡਾ ਮਰਜੀ ਵੱਡਾ ਸੇਵਕ ਹੋਵੇ ਇਜਾਜ਼ਤ ਲਏ ਤੋਂ ਬਗੈਰ ਅੰਦਰ ਨਹੀਂ ਜਾ ਸਕਦਾ ਚਾਹੇ ਉਹਦਾ ਪ੍ਰਾਈਮ ਮਿਨਿਸਟਰ ਹੋਵੇ ਉਸ ਨੂੰ ਵੀ ਦੱਸਣਾ ਪੈਂਦਾ ਕਿ ਅੰਦਰ ਜਾ ਕੇ ਦੱਸੋ ਕਿ ਪ੍ਰਾਈਮ ਮਿਨਿਸਟਰ ਤੈਨੂੰ ਮਿਲਣਾ ਮੰਗਦਾ ਲੇਕਿਨ ਰਾਜਾ ਦਾ ਬੇਟਾ ਕਿਸੇ ਵੇਲੇ ਵੀ ਦਰਵਾਜ਼ਾ ਖੋਲ ਕੇ ਅੰਦਰ ਜਾ ਸਕਦਾ ਤੋ ਕਿ ਆਪਣੇ ਬਾਪ ਕੋ ਜਾ ਰਿਹਾ ਔਰ ਪ੍ਰਾਈਮ ਮਿਨਿਸਟਰ ਵੀ ਜਿਸ ਲਈ ਉਹ ਜਿਸ ਲਈ ਉਹ ਬੇਟਾ ਜਾਏਗਾ ਚਾਹੇ ਜਿੱਦਾਂ ਦਾ ਮਰਜੀ ਹੋਵੇ ਚਾਹੇ ਨਕਮਾ ਹੋਵੇ ਜਿਸ ਵੇਲੇ ਉਹ ਪ੍ਰਿੰਸ ਅੰਦਰ ਜਾਏਗਾ ਤੇ ਇਵਨ ਜਿਹੜਾ ਪ੍ਰਾਈਮ ਮਿਨਿਸਟਰ ਉਹ ਵੀ ਝੁੱਕ ਕੇ ਉਹਨੂੰ ਪ੍ਰਣਾਮ ਕਰੇਗਾ ਕਿ ਇਹ ਪ੍ਰਿੰਸ ਇਹ ਰਾਜਕੁਮਾਰ ਆ ਡੈਸ਼ ਬਟ ਯੂ ਆਰ ਇਨ ਜੀਜ਼ਸ ਕ੍ਰਾਈਸਟ ਪ੍ਰਭੂ ਯੇਸੂ ਮਸੀਹ ਦੇ ਵਿੱਚ ਤੁਸੀਂ ਰਾਜਕੁਮਾਰ ਤੇ ਰਾਜਕੁਮਾਰੀਆਂ ਆ ਉਸਨੇ ਤੁਹਾਨੂੰ ਆਪਣੀ ਸੰਤਾਨ ਬਣਾਇਆ ਨਾ ਕਿ ਸੇਵਕ। ਔਰ ਇਹ ਕਾਰਨ ਜਿਸਤੇ ਲਈ ਮੈਂ ਕ੍ਰਿਸਮਸ ਮਨਾਉਣਾ। ਮੇਰੇ ਪਿਆਰੇ ਪਿਆਰੋ ਤੁਸੀਂ ਤਾਂ ਜਿਹੜੇ ਐਦਾਂ ਤੇ ਪ੍ਰਭੂ ਦੇ ਪਿੱਛੇ ਚੱਲਦੇ ਆ। ਅਗਰ ਕੋਈ ਤੁਹਾਡੇ ਵਿੱਚ ਸੁਣ ਰਿਹਾ ਔਰ ਤੁਸੀਂ ਚਾਹੁੰਦੇ ਆ ਕਿ ਤੁਸੀਂ ਮੈਂ ਵੀ ਇਸ ਪਰਮੇਸ਼ਰ ਦੀ ਸੰਤਾਨ ਬਣਨਾ ਚਾਹੁੰਨਾ। ਮੈਂ ਵੀ ਇਸ ਪਰਮੇਸ਼ਰ ਦੇ ਪਿੱਛੇ ਚੱਲਣਾ ਮੰਗਦਾ। ਤਫਾ ਹੀ ਮੇਰੇ ਦੇਰ ਨਾ ਕਰਿਓ ਖਾਲੀ ਹੱਥ ਨਾ ਪ੍ਰਭੂ ਦੇ ਘਰੋਂ ਜਾਇਓ ਯੂ نو ਅਫਸੋਸ ਹਾ ਉਸ ਮਨੁੱਖ ਤੇ ਜਿਹੜਾ ਸਾਰਾ ਕੁਝ ਸੁਣ ਕੇ ਜਾਣ ਕੇ ਬੁੱਝ ਕੇ ਅਖੀਰ ਕਹਿਦਾ ਸਭ ਕੁਝ ਇੱਕ ਹੋਈਆ ਅਫਸੋਸ ਆਉ ਦੇ ਤੇ ਸਭ ਕੁਝ ਇੱਕੋ ਨਹੀਂ ਹੋ ਸਕਦਾ ਇਹ ਸਭ ਕੁਝ ਇੱਕੋ ਹੀ ਹੁੰਦਾ ਤਾਂ ਕੋਈ ਬਹਿਸ ਹੀ ਨਾ ਹੁੰਦੀ ਦੁਨੀਆ ਦੇ ਵਿੱਚ ਕੋਈ ਗੱਲ ਹੀ ਨਾ ਹੁੰਦੀ ਦੁਨੀਆ 'ਚ ਬਹਿਸ ਆ ਜੀ ਹੁੰਦੀ ਆ ਕਿਉਂਕਿ ਸਾਉ ਕੋ ਸ਼ਿੱਖ ਕੋ ਨਹੀਂਗਾ ਸਾਉ ਕੋ ਸ਼ਿੱਖ ਕੋ ਨਹੀਂਗਾ ਪਰ ਇੱਕ ਇੱਕ ਹੈ ਜੋ ਮੇਰੇ ਲਈ ਆਇਆ ਜਿਸਨੇ ਮੇਰੇ ਲਈ ਜਾਨ ਦਿੱਤੀ ਜਿਸਨੇ ਮੇਰੇ ਪਾਪਾ ਨੂੰ ਆਪਣੇ ਮੋਢੇ ਤੇ ਚੁੱਕਿਆ ਜੋ ਮੇਰੇ ਲਈ ਤੀਸਰੇ ਦਿਨ ਜਿਉਂਦਾ ਹੋਇਆ ਜੋ ਬਾਪ ਦੇ ਸੱਜੇ ਹੱਥ ਮੇਰੇ ਲਈ ਬੈਠਾ ਆ ਜੋ ਮੇਰੇ ਲਈ ਵਾਪਸ ਆ ਰਿਹਾ ਇਸ ਕਰਕੇ ਅਸੀਂ 크ਿਸਮਸ ਮਨਾਉਂਦੇ ਪਰਭੂ ਦੇ ਕਰੋ ਖਾਲੀ ਹੱਥ ਨਾ ਜਾਇਓ ਇਸ ਕ੍ਰਿਸਮਸ ਦੀ ਖੁਸ਼ੀ ਨੂੰ ਲੈ ਕੇ ਜਾਇਓ ਖੁਦਾਬੰਦ ਤੁਹਾਨੂੰ ਬਰਕਤ ਦਾਏ ਔਰ ਤੁਹਾਡੇ ਨਾਲ ਬਣਿਆ ਰਹੇ ਆਓ ਖੜੇ ਹੋਈਏ ਦੁਆ ਕਰੀਏ ਔਰ ਪ੍ਰਭੂ ਦੇ ਨਾਮ ਦੰਕੀਏ ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ ਆ ਇਸ ਸਮੇਂ ਦੇ ਲਈ ਜੋ ਤੂੰ ਸਾਨੂੰ ਬਖਸ਼ਿਆ ਜਿਸ ਦੇ ਕਾਰਨ ਅਸੀਂ ਤੇਰੇ ਲੋਕ ਕਹਿ ਲਾਉਂਦੇ ਆ ਤੇਰਾ ਸ਼ੁਕਰ ਕਰਦੇ ਆਂ ਪ੍ਰਭੂ ਜੀ ਕਿ ਤੂੰ ਭਲੇ ਨੂੰ ਵੀ ਪਿਆਰ ਕਰਦਾ ਔਰ ਡਿੱਗੇ ਹੋਏ ਨੂੰ ਵੀ ਪਿਆਰ ਕਰਦਾ ਤੂੰ ਤੰਦਰੁਸਤ ਦੇ ਨਾਲ ਵੀ ਆ ਕਿਉਂਕਿ ਉਸ ਦੀ ਤੰਦਰੁਸਤੀ ਤੇਰੇ ਕਰਕੇ ਆ ਔਰ ਤੂੰ ਜ਼ਖਮੀ ਦਿਲ ਦੇ ਨਾਲ ਵੀ ਬੈਠਾ ਤੇਰਾ ਸ਼ੁਕਰ ਕਰਦੇ ਆਂ ਕਿ ਉਚਾਈਆਂ ਵਿੱਚ ਜੋ ਆ ਤੂੰ ਉਹਨਾਂ ਦੇ ਨਾਲ ਵੀ ਆ ਔਰ ਜੋ ਗਹਿਰਾਈ ਚ ਬੈਠਾ ਤੂੰ ਉਸਦੇ ਨਾਲ ਵੀ ਬੈਠਾ ਪਰ ਤੇਰਾ ਸਭ ਤੋਂ ਜ਼ਿਆਦਾ ਇਸ ਚੀਜ਼ ਦੇ ਲਈ ਸ਼ੁਕਰ ਕਰਦੇ ਹਾਂ ਪ੍ਰਭੂ ਜੀ ਕਿ ਪ੍ਰਭੂ ਯਸੂ ਦੇ ਵਿੱਚ ਅਸੀਂ ਤੇਰੀ ਸੰਤਾਨ ਹਾਂ ਤੇਰੇ ਸੇਵਕ ਨਹੀਂ ਤੂੰ ਮਾਲਕ ਨਹੀਂ ਬਲਕਿ ਬਾਪ ਸੋ ਪ੍ਰਭੂ ਜੀ ਅਸੀਂ ਆਪਣਾ ਬਾਕੀ ਦਾ ਹਫ਼ਤਾ ਤੇਰੇ ਹੱਥਾਂ ਦੇ ਵਿੱਚ ਦਿੰਨੇ ਆਂ। ਔਰ ਤੇਥੋਂ ਮੰਗਦੇ ਆਂ ਕਿ ਤੂੰ ਸਾਡੇ ਨਾਲ-ਨਾਲ ਚੱਲੇ। ਬੁਰੇ ਔਰ ਬੁਰਾਈ ਤੋਂ ਸਾਨੂੰ ਬਚਾ ਕੇ ਰੱਖੀ। ਮਨ ਦੇ ਵਿਚਾਰਾਂ ਦੀ ਰਾਖੀ ਕਰੀ। ਔਰ ਆਪਣੀ ਕਿਰਪਾ ਔਰ ਦਇਆ ਦੇ ਵੰਡਣ ਵਾਲੀ ਸਾਨੂੰ ਆਪਣੇ ਨਾਮ ਦੇ ਲਈ ਵਰਤਿ ਪ੍ਰਭੂ ਜੀ। ਔਰ ਆਪਣੀ ਰੋਸ਼ਨੀ ਚ ਸਾਨੂੰ ਤੂੰ ਰੋਸ਼ਨ ਕਰੀ। ਬੁਰੇ ਔਰ ਬੁਰਾਈ ਤੋਂ ਸਾਡਾ ਧਿਆਨ ਪ੍ਰਭੂ ਜੀ ਦੂਰ ਰੱਖੀ। ਔਰ ਚਾਲ ਚਲਨ ਨੂੰ ਸ਼ੁੱਧ ਰੱਖੀ। ਜਿਸ ਤਰ੍ਹਾਂ ਅਸੀਂ ਆਪਣੇ ਸਰੀਰ ਦੇ ਨਾਲ ਤੇਰੇ ਘਰ ਨੂੰ ਭਰਿਆ ਮੇਰੇ ਪਿਆਰੇ ਪ੍ਰਭੂ ਇਸੇ ਤਰ੍ਹਾਂ ਤੋਂ ਆਪਣੀ ਪਵਿੱਤਰ ਆਤਮਾ ਦੇ ਨਾਲ ਸਾਡੇਆਂ ਘਰਾਂ ਨੂੰ ਭਰੀ। ਸਾਨੂੰ ਬਰਕਤ ਦੇ ਔਰ ਬਰਕਤ ਦੇਣ ਵਾਲੇ ਬਣਾਈ। ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਅਸੀਂ ਇਹ ਮੰਗਦੇ ਔਰ ਸਾਰੀ ਸੰਗਤ ਕਹੇ ਆਮੀਨ।